ਸ਼ਿਕਾਲ ਦੋਸਤੋ ਮੈਂ ਜੈਸਮਿਨ ਪਰਮਾਰ ਇੱਕ ਵਾਰ ਫਿਰ ਤੋਂ ਲੈ ਕੇ ਹਾਜ਼ਰ ਹਾਂ ਚੱਕ ਦੇ ਚੁੱਲ੍ਹਾ ਐਂਡ ਅੱਜ ਅਸੀਂ ਪਹੁੰਚ ਚੁੱਕੇ ਹਾਂ ਕੋਰਲ ਸਪ੍ਰਿੰਗਸ ਜੋ ਕਿ ਪੈ ਜਾਂਦਾ ਹੈ ਕੈਲਗਰੀ ਦੇ ਨਾਰਥ ਈਸਟ ਏਰੀਆ ਦੇ ਵਿੱਚ ਐਂਡ ਕੋਰਲ ਸਪ੍ਰਿੰਗਸ ਦੀ ਇੱਕ ਖਾਸੀਅਤ ਗੱਲ ਹੈ ਕਿ ਇੱਥੇ ਜਿਹੜੀ ਮੂਵੀਜ਼ ਨੇ ਕਈ ਮੂਵੀਜ਼ ਦੀ ਸ਼ੂਟਿੰਗ ਵੀ ਹੋਈਆਂ ਨੇ ਜਿਵੇਂ ਕਿ ਸਾਨੂੰ ਮਾਨ ਵਤਨਾ ਦਾ ਜੋ ਕਿ ਹਰਭਜਨ ਮਾਨ ਜੀ ਦੀ ਸਟਾਰਰ ਫਿਲਮ ਸੀ ਐਂਡ ਆਲਸੋ ਕੋਰਲ ਸਪ੍ਰਿੰਗਸ ਦੀ ਇੱਕ ਖਾਸ ਗੱਲ ਹੈ ਕਿ ਇੱਥੇ ਦੀ ਜਿਹੜੀ ਕੋਰਲ ਸਪ੍ਰਿੰਗਸ ਦੀ ਲੇਕ ਹੈ ਉਹ ਵੀ ਬਹੁਤ ਫੇਮਸ ਹੈ ਤਾਂ ਅੱਜ ਦੇ ਵੈਦਰ ਦੀ ਗੱਲ ਕਰੀਏ ਅੱਜ ਰੱਬ ਜੀ ਨੇ ਬਹੁਤ ਮਿਹਰਬਾਨੀ ਕੀਤੀ ਹੈ ਅੱਜ ਥੋੜ੍ਹੀ ਧੁੱਪ ਵੀ ਹੈ ਅਤੇ ਥੋੜ੍ਹੀ ਜਿਹੀ ਠੰਡੀ ਹੈ ਬਟ ਹਵਾ ਬਹੁਤ ਚੱਲ ਰਹੀ ਹੈ ਬਟ ਇਟਸ ਓਕੇ ਹੁਣ ਸਪ੍ਰਿੰਗ ਆ ਗਈ ਹੈ ਸੋ ਮੈਨੂੰ ਤਾਂ ਵਧੀਆ ਲੱਗ ਰਿਹਾ ਵਿੰਟਰਸ ਨਾਲੋਂ ਤਾਂ ਵਧੀਆ ਹੈ ਔਰ ਅੱਜ ਸਾਨੂੰ ਇਨਵਾਈਟ ਕੀਤਾ ਹੈ ਮਿਸ ਸੈਣੀ ਹੁਣਾਂ ਨੇ ਸੋ ਸੈਣੀ ਫੈਮਿਲੀ ਹੁਣਾਂ ਨੇ ਸਾਨੂੰ ਇਨਵਾਈਟ ਕੀਤਾ ਚਲੋ ਅੰਦਰ ਜਾ ਕੇ ਦੇਖੀਏ ਉਹਨਾਂ ਨੇ ਕੀ ਤਿਆਰੀਆਂ ਕੀਤੀਆਂ ਨੇ ਅਤੇ ਉਹਨਾਂ ਨੂੰ ਜਾ ਕੇ ਮਿਲਦੇ ਆ ਸੋ ਅੱਜ ਮੇਰੇ ਨਾਲ ਚਲੋ ਦੇਖੀਏ ਆਪਣੇ ਬਾਰੇ ਦੱਸੋ ਤੁਸੀਂ ਇੰਡੀਆ ਤੋਂ ਕਿੱਥੋਂ ਬਿਲੋਂਗ ਕਰਦੇ ਹੋ ਐਂਡ ਕੈਲਗਰੀ ਦੇ ਵਿੱਚ ਕਿੱਦਾਂ ਐਂਡ ਫੈਮਿਲੀ ਐਂਡ ਆਪਣੇ ਬੈਕਗ੍ਰਾਉਂਡ ਬਾਰੇ ਸਾਰਾ ਕੁਝ ਆਪਣੇ ਵਿਊਰਸ ਨੂੰ ਟੋਰੋਂਟੋ ਤਾਂ ਉਸ ਤੋਂ ਬਾਅਦ 2009 ਚ ਆਪਾਂ ਇੱਥੇ ਮੂਵ ਹੋ ਗਏ ਕੈਲਗਰੀ ਮੂਵ ਹੋ ਗਏ ਵਾਈ ਬਿਕੋਜ਼ ਮੇਰੇ ਹਸਬੈਂਡ ਦੇ ਸਾਰੇ ਚਾਈਲਡਹੁੱਡ ਫਰੈਂਡਸ ਬਹੁਤ ਹੀ ਜ਼ਿਆਦਾ ਹੈਵੀ ਐਂਡ ਸਟਰੋਂਗ ਲਾਈਕ ਬਹੁਤ ਜ਼ਿਆਦਾ ਸਨੋਅ ਪਈ ਸੀ ਮੈਨੂੰ ਵੀ ਚੇਤਾ ਹੈ ਉਦੋਂ ਸਾਡੀ ਗੱਡੀ ਖਰਾਬ ਹੋ ਗਈ ਸੀ ਐਂਡ ਅਸੀਂ ਵੀ ਫ੍ਰੀਜ਼ ਹੋ ਗਏ ਸੀ ਗੱਡੀ ਦੇ ਵਿੱਚ ਮੈਨੂੰ ਚੇਤਾ ਨਹੀਂ ਭੁੱਲਦਾ ਇੱਦਾਂ ਦਾ ਵੈਦਰ ਜਿਹੜਾ ਹੈ ਮੇਰਾ ਹਸਬੈਂਡ ਬਿਮਾਰ ਸਾਰੇ ਬਿਮਾਰ ਸਾਡੇ ਦੋਨੋਂ ਕਾਰਾਂ ਬਿਮਾਰ ਹਨ ਕੁਛ ਨਹੀਂ ਕਾਰਾਂ ਵੀ ਬਿਮਾਰ ਸਭ ਕੁਛ ਬਿਮਾਰ ਹੈ ਬਿਮਾਰ ਹੋ ਗਿਆ ਹਾਂਜੀ ਹਾਂਜੀ ਤਾਂ ਨਹੀਂ ਬਟ ਆਈ ਮੀਨ ਐਜ਼ ਦਾ ਟਾਈਮ ਪ੍ਰੋਗਰੈਸਡ ਤਾਂ ਉਸ ਤੋਂ ਬਾਅਦ ਕੀ ਕਹਿੰਦੇ ਆ ਦਿਲ ਲੱਗਣਾ ਸ਼ੁਰੂ ਹੋ ਗਿਆ ਇੱਥੇ ਹੁਣ ਆਪਾਂ ਸੋਚਦੇ ਕਿ ਹੁਣ ਵਾਪਸ ਟੋਰੋਂਟੋ ਜਾਣਾ ਹੋਵੇ ਅਗਰ ਤਾਂ ਟੋਰੋਂਟੋ ਦਾ ਵੈਸੇ ਵੈਦਰ ਜੇ ਦੇਖਿਆ ਜਾਵੇ ਕੈਲਗਰੀ ਨਾਲੋਂ ਥੋੜ੍ਹਾ ਜਿਹਾ ਬੈਟਰ ਹੈ ਹਾਂਜੀ ਬੈਟਰ ਹੈ ਫੋਰ ਸ਼ੋਰ ਬੈਟਰ ਹੈ ਇਹ ਮੇਰੀ ਫਰੈਂਡ ਹੈ ਇਹ ਪੱਕੀ ਹਜੇ ਵੀ ਟੋਰੋਂਟੋ ਦੀ ਹੋਵੇ ਟੋਰੋਂਟੋ ਜਾ ਸਕਦੀ ਹੈ ਸੋ ਤੁਸੀਂ ਵੀ ਕੈਲਗਰੀ ਚ ਫਿਰ ਬਾਅਦ ਚ ਮੂਵ ਹੋਏ ਇਹਨਾਂ ਦੇ ਮਗਰ ਮਗਰ ਅਸੀਂ ਆ ਗਏ ਓਕੇ ਇਹਨਾਂ ਨੂੰ ਆਪਾਂ ਮੈਗਨੇਟ ਕਰ ਇਹਨਾਂ ਨੂੰ ਖਿੱਚ ਲੈਤਾ ਸੋ ਫਰੈਂਡਸ ਤੁਹਾਡੇ ਲਾਈਕ ਬਹੁਤ ਕਲੋਜ਼ ਨੇ ਜਿੱਥੋਂ ਤੱਕ ਮੈਨੂੰ ਹੋ ਰਿਹਾ ਤੁਹਾਡੀ ਕੋਈ ਫੈਮਿਲੀ ਵੀ ਇੱਥੇ ਰਹਿੰਦੀ ਹੈ ਕੈਲਗਰੀ ਦੇ ਵਿੱਚ ਕੀ ਨਹੀਂ ਸਾਡੀ ਸਾਡੇ ਫਰੈਂਡਸ ਜਿਹੜੇ ਹੈਗੇ ਆ ਉਹ ਕੀ ਕਹਿੰਦੇ ਆ ਬਹੁਤ ਜ਼ਿਆਦਾ ਆਪਣਾਪਨ ਹੈ ਆਪਸ ਵਿੱਚ ਦੁੱਖ ਸੁੱਖ ਸਾਰਾ ਆਪਾਂ ਆਪਸ 'ਚ ਵੰਡ ਲੈਂਦੇ ਹਾਂ Thank you.
it's a beautiful mm-hmm. Relationship we have here. हाँ जी बिल्कुल like ये जरूरी नहीं होता कि जरे relatives ने या family ने वो ही थोड़े नाल हों but ये होता भी जिधर ना तो सीज सब कुछ share कर सकते हो जो special bond होती है ना I can understand. So जरे थोड़े husband ने वो आज साड़ी नू सानु join नहीं किता but मैं obviously उना वाले भी थोड़ा जानना चाहूँ कि वो भी एक इस कार दिस सब तो main member नहीं so तुसी उना वाले दसो कुछ मेरे husband मोहाली थे हैं ताकि originally चंडीगढ़ गए थे ता असी तो नो मैंने अखबारा में थे कि लॉन्ग स्टोरी हाँ जी बिल्कुल मैं तो दसना चाहूँगी अपनी लव स्टोरी थोड़ी दसो मैं इंटरेस्ट ऐसे बहुत ज़्यादा है स्टोरीज में बीच नहीं नहीं तो बहुत साल पुरानी निकल रहा है हम कितने साल हो गए इट्स बीन लाइक 23 बट दैट्स ओके इट्स ओके ਮੈਨੂੰ ਫਿਰ ਵੀ ਇੰਟਰਸਟ ਹੈ ਤੁਸੀਂ ਥੋੜਾ ਜਿਹਾ ਤਾਂ ਆਪਣੀ ਲਵ ਸਟੋਰੀ ਬਾਰੇ ਦੱਸੋ ਸਾਨੂੰ ਵੀ ਅਸੀਂ ਕੀ ਕਹਿੰਦੇ ਆ ਕਿਆਮਤ ਸੇ ਕਿਆਮਤ ਤੱਕ ਪਿਕਚਰ ਦੇਖੀ ਹਾਂਜੀ ਬਿਲਕੁਲ ਆਮਿਰ ਥੋੜਾ ਜਿਹਾ ਆਮਿਰ ਖਾਨ ਦੀ ਹੈ ਥੋੜੇ ਐਂਡ ਬਸ ਐਂਡ ਵਾਲਾ ਨਹੀਂ ਹੋਇਆ ਸਾਡੇ ਨਾਲ ਕਲਾਈਮੈਕਸ ਨਹੀਂ ਹੋਇਆ ਬਾਕੀ ਤਾਂ ਹੋ ਗਿਆ ओके सो नाइस काफ़ी लाइक लव स्टोरीज की गला हो गया होर असी थोड़ी फैमिली बारे पूछांगे इत्थे थोड़े किन्ने बच्चे ने एंड ऑफ कोर्स मूविंग ऑन टू यू आफ्टर सो हाँ जी हाँ जी दसो की कहते हैं बच्चे मेरे मेरा बेटा नीलेंद्र is going to be 18 now mm-hmm. ta meri beti hai oh 9 saal di hai oh haan ji okay. she happened in canada te mm-hmm. oh ki kehnde hai india born oh india born hai okay haan ji haan ji so chandigarh da hai oh bhi haan ji chandigarh born hoye si ta aap mohali rehnde si okay mohali yeah. mohali rehnde si and ma'am tusi haan ji mere do nene hai ek safal da takdeer toronto born okay mummy hai to takdeer da best friends ਓਕੇ ਗ੍ਰੇਟ ਹਾਂਜੀ ਸੋ ਆਪਣੀ ਥੋੜ੍ਹੀ ਫੈਮਿਲੀ ਬਾਰੇ ਦੱਸੋ ਤੁਹਾਡੀ ਜਿਹੜੀ ਇੰਡੀਆ ਵਾਲੀ ਫੈਮਿਲੀ ਹੈ ਉਹਨਾਂ ਬਾਰੇ ਥੋੜ੍ਹਾ ਦੱਸੋ ਆਪਣੇ ਬ੍ਰਦਰ ਸਿਸਟਰ ਕਿੰਨੇ ਬ੍ਰਦਰ ਸਿਸਟਰ ਨੇ ਐਂਡ ਸਾਨੂੰ ਉਹ ਵੀ ਦੱਸੋ ਐਂਡ ਆਪਣੇ ਇਨ-ਲਾਜ਼ ਬਾਰੇ ਆਫ ਕੋਰਸ ਉਹ ਵੀ ਕੈਨੇਡਾ ਵਿੱਚ ਨੇ ਕਿ ਨਹੀਂ ਜੀ ਉਹ ਇੰਡੀਆ ਹੀ ਹੈ ਸਾਰੇ ਇੰਡੀਆ ਹੀ ਹੈ ਫੈਮਿਲੀ ਲਾਈਕ ਆਈ ਸੈਡ ਕਿ ਸਿਰਫ ਫਰੈਂਡਸ ਹੈ ਇੱਥੇ ਤਾਂ ਫੈਮਿਲੀ ਮੇਰੀ ਸਾਰੀ ਇੰਡੀਆ ਹੈ ਓਕੇ ਤਾਂ ਕੀ ਕਹਿੰਦੇ ਆ ਮੈਂ ਆਪਣੀ ਫੈਮਿਲੀ ਤੋਂ ਸ਼ੁਰੂ ਕਰਦੀ ਹਾਂ ਤਾਂ ਮੇਰੀ ਆਈ ਮੀਨ I have a brother. Okay, brother. ਤਾਂ ਕੀ ਕਹਿੰਦੇ ਆ ਡੈਡੀ ਮੇਰੇ ਚੰਡੀਗੜ੍ਹ ਗਏ ਸਾਡੇ ਕੱਪੜੇ ਦੀ ਦੁਕਾਨ ਹੈ ਉੱਥੇ ਐਂਡ ਮਾਈ ਬ੍ਰਦਰ ਹੈਡ ਮੂਵ ਟੂ ਲੁਧਿਆਣਾ ਦੈਟਸ ਵੇਅਰ ਆਮ ਫਰਮ ਓ ਨਾਈਸ ਸੋ ਜੀ ਹਾਂ ਜੀ ਐਂਡ ਤੁਹਾਡੇ ਇਨ-ਲਾਜ਼ ਹਾਂ ਇਨ-ਲਾਜ਼ ਕੀ ਕਹਿੰਦੇ ਆ ਮੇਰੇ ਹਸਬੈਂਡ ਤਿੰਨ ਬ੍ਰਦਰਸ ਹੈ ਦੋ ਬ੍ਰਦਰਸ ਇੰਡੀਆ ਹੀ ਹੈ ਤਾਂ ਮੰਮੀ ਪਾਪਾ ਹੈ ਸੋ ਆਪਣੇ ਬ੍ਰਦਰ ਬਾਰੇ ਥੋੜ੍ਹਾ ਦੱਸੋ ਮੈਂ ਇੰਟਰਵਿਊਸ 'ਚ ਪੜ੍ਹਿਆ ਸੀਗਾ ਕਿ ਤੁਸੀਂ ਅਤੇ ਤੁਹਾਡੇ ਬ੍ਰਦਰ ਜਦੋਂ ਤੁਹਾਡੇ ਪੇਰੈਂਟਸ ਤੁਹਾਨੂੰ ਲੌਕ ਕਰ ਦਿੰਦੇ ਸੀ ਤੁਸੀਂ ਚੋਰੀ ਚੋਰੀ ਉਹਨਾਂ ਤੋਂ ਕੁਕਿੰਗ ਸਿੱਖਦੇ ਸੀ ਪਿੱਛੇ ਸੋ ਇਹਦੇ ਤੋਂ ਹੀ ਤੁਹਾਡਾ ਪੈਸ਼ਨ ਜਿਹੜਾ ਕੁਕਿੰਗ ਦਾ ਆਇਆ ਸੋ ਇਹਦੇ ਬਾਰੇ ਥੋੜ੍ਹਾ ਦੱਸੋ ਮੈਨੂੰ ਬਟ ਮੈਂ ਇੱਥੇ ਹਾਂ ਲੇਕਿਨ ਹਜੇ ਵੀ ਮੇਰੇ ਬ੍ਰਦਰ ਦੇ ਨਾਲ ਇੱਕ ਇਨਵਿਜ਼ੀਬਲ ਸਟ੍ਰਿੰਗ ਹੈਗੀ ਹੈ ਜਿਹੜੀ ਸਾਨੂੰ ਹਜੇ ਵੀ ਅਟੈਚ ਆਈ ਮੀਨ ਇੰਨੀ ਦੂਰ ਵੀ ਰਹਿ ਕੇ ਸਾਨੂੰ ਅਟੈਚਮੈਂਟ ਹੈਗੀ ਹੈ ਇੱਕ ਦੂਜੇ ਨਾਲ ਵੀ ਆਰ ਵੈਰੀ ਕਲੋਜ਼ ਟੂ ਈਚ ਅਦਰ ਛੋਟੀ ਤੋਂ ਛੋਟੀ ਗੱਲ ਉਹਨੂੰ ਪਤਾ ਹੁੰਦੀ ਹੈ ਮੇਰੀ ਔਰ ਕੀ ਕਹਿੰਦੇ ਉਹ ਫੋਨ ਕਰ ਲੈਂਦਾ ਮੈਨੂੰ ਮੈਂ ਨਾ ਕਰਾਂ ਜਾਂ ਕਰਾਂ ਉਹਨੂੰ ਕੋਈ ਫਰਕ ਨਹੀਂ ਪੈਂਦਾ ਫੋਨ ਬਟ ਉਹ ਹਮੇਸ਼ਾ ਰੈਗੂਲਰਲੀ ਫੋਨ ਕਰਦਾ ਮੈਨੂੰ ਕੱਪੜੇ ਮੇਰੇ ਲਈ ਸੂਟ ਭੇਜਦਾ ਹੈ ਵਾਲਾ ਲੇਟੈਸਟ ਫੈਸ਼ਨ ਹੈ ਨਾ ਤਾਂ ਕੀ ਕਹਿੰਦੇ ਉਹਨੂੰ ਪਤਾ ਮੇਰੀ ਟੇਸਟ ਪਤਾ ਹੈ ਚੋਇਸ ਪਤਾ ਹੈ ਤਾਂ ਹਮੇਸ਼ਾ ਉਹਨੇ ਕੀ ਕਹਿੰਦੇ ਆ ਨਹੀਂ ਇਹ ਮਨੀਸ਼ਾ ਲਈ ਹੈ ਆਪਣੀ ਵਾਈਫ ਦਾ ਇੱਕ ਸੂਟ ਖਰੀਦਾ ਤਾਂ ਮਨੀਸ਼ਾ ਦਾ ਇੱਕ ਨਾਲ ਖਰੀਦਿਆ ਇਹ ਤਾਂ ਵਧੀਆ ਗੱਲ ਹੈ ਬ੍ਰਦਰ ਹੀ ਤੁਹਾਨੂੰ ਕੱਪੜੇ ਦਿਲਾ ਰਿਹਾ ਹੋਰ ਕੀ ਚਾਹੀਦਾ ਸਾਨੂੰ ਤਾਂ ਕੱਪੜਿਆਂ ਦਾ ਮੌਕਾ ਚਾਹੀਦਾ ਹੁੰਦਾ ਵੀ ਸਾਨੂੰ ਬਸ ਕੱਪੜੇ ਦੇ ਹੀ ਦਿਓ ਨਹੀਂ ਨਹੀਂ ਉਹ ਤਾਂ ਪਾਰਸਲ ਕੀ ਕਹਿੰਦੇ ਥੋੜ੍ਹੇ ਦੇਰ ਬਾਅਦ ਕੋਈ ਆਵੇ ਜਾਵੇ ਉਹਦਾ ਪਾਰਸਲ ਮੈਨੂੰ ਪਹੁੰਚ ਜਾਂਦਾ ਸੋ ਯੂ ਆਰ ਅ ਵੈਰੀ ਲਿਕ ਸਿਸਟਰ ਆਈ ਐਮ ਮੈਂ ਵੱਡੀ ਹਾਂ ਲੇਕਿਨ ਕਦੀ ਕਦੀ ਮੈਂ ਵੱਡੀ ਬਣ ਕੇ ਆਈ ਮੀਨ ਬਣ ਜਾਂਦੀ ਉਹਦੇ ਸਾਹਮਣੇ ਕਦੀ ਕਦੀ ਛੋਟੀ ਬਣ ਜਾਂਦੀ ਕੋਈ ਹੋਰ ਸਟੋਰੀਜ਼ ਹੈਗੀਆਂ ਜਿਹੜੀ ਤੁਸੀਂ ਸ਼ੇਅਰ ਕਰਨਾ ਚਾਹੋਗੇ ਆਪਣੇ ਬ੍ਰਦਰ ਵਾਲੇ ਜੋ ਓ ਮਾਈ ਗੋਡ ਵੀ ਹੈਵ 2 ਸਾਲ ਦਾ ਫਰਕ ਹੈ ਸਾਡਾ ਮੇਰਾ ਬ੍ਰਦਰ ਬ੍ਰਦਰ ਦਾ ਬਟ ਆਪਾਂ ਛੋਟੇ ਹੁੰਦੇ ਗਲੀ 'ਚ ਖੇਲ ਟਾਪੂ ਖੇਲ ਕ੍ਰਿਕਟ ਖੇਲ ਤਾਂ ਸੈਂਡ ਕੈਸਲਸ ਬਣਾ ਹੈ ਨਾ ਅਤੇ ਆਪਾਂ ਸਾਰਾ ਕੁਝ ਮਤਲਬ ਇਕੱਠੇ ਖੇਲੇ ਹੋਏ ਹਾਂ ਆਪਾਂ ਤਾਂ ਬਹੁਤ ਅੱਛਾ ਟਾਈਮ ਸਪੈਂਡ ਕੀਤਾ ਹੈ ਸਾਡੇ ਮੰਮੀ ਡੈਡੀ ਚੱਲ ਜਾਂਦੇ ਸੀ ਮੂਵੀ ਦੇਖਣ ਤਾਂ ਕਹਿੰਦੇ ਸਾਨੂੰ ਬਾਹਰੋਂ ਉਹਨਾਂ ਨੇ ਵੱਡਾ ਸਾਰਾ ਤਾਲਾ ਲਗਾ ਦਿੱਤਾ ਵੀ ਕੁਛ ਪਤਾ ਲੱਗੇ ਘਰ ਕੋਈ ਨਹੀਂ ਹੈ ਬੱਚੇ ਔਰ ਅੱਜ ਮੂਵੀ ਦੇਖਣ ਚਲੇ ਜਾਣਾ ਤਾਇਆ ਜੀ ਆਫ ਕੋਰਸ ਹੁੰਦੇ ਸੀਗੇ ਨਹੀਂ ਉਹ ਨਹੀਂ ਸੀ ਸੋ ਤੁਸੀਂ ਉਦੋਂ ਹੀ ਕੁਕਿੰਗ ਕਰਦੇ ਹੁੰਦੇ ਸੀ ਹਾਂਜੀ ਜਦੋਂ ਤੇ ਮੰਮੀ ਡੈਡੀ ਨੇ ਚਲੇ ਜਾਣਾ ਤੇ ਪਿੱਛਿਆਂ ਦੀ ਮਨੀਸ਼ ਨੇ ਮੇਰੇ ਬ੍ਰਦਰ ਨੇ ਕਹਿਣਾ ਤਾਂ ਨਾ ਮਨੀਸ਼ ਹੈ ਤਾਂ ਉਹਨੇ ਕਹਿਣਾ ਚੱਲ ਮਨੀਸ਼ਾ ਕੁਕਿੰਗ ਕਰੇ ਤੂੰ ਬਣਾ ਕੁਛ ਮੈਂ ਖਾਂਦਾ ਉਹ ਸੋ ਉਹ ਖਾਂਦੇ ਸੀ ਤੇ ਤੁਸੀਂ ਕੁਛ ਬਣਾਉਂਦੇ ਸੀ ਉਹਦਾ ਮਨੀਸ਼ ਐਕਸਪੈਰੀਮੈਂਟ ਓਕੇ
ਐਕਸਪੈਰੀਮੈਂਟ ਕਰਦੀ ਰਹਿੰਦੀ ਸੀ ਮੈਂ ਉਹਦੇ ਸੋ ਉੱਥੋਂ ਹੀ ਤੁਸੀਂ ਸਿੱਖਿਆ ਐਂਡ ਉੱਥੋਂ ਹੀ ਤੁਹਾਡਾ ਇੰਟਰਸਟ ਜਿਹੜਾ ਹੈਗਾ ਕੁਕਿੰਗ ਦੇ ਵਿੱਚ ਹਾਂਜੀ ਹਾਂਜੀ ਯਾ ਆਈ ਮੀਨ ਇੰਟਰਸਟ ਤਾਂ ਸੀਗਾ ਹੀ ਆਲਰੇਡੀ ਤਾਂ ਹੀ ਮੈਂ ਐਕਸਪੈਰੀਮੈਂਟ ਕਰਦੀ ਸੀਗੀ ਤਾਂ ਬਟ ਯਾ ਕਿ ਉਹਨੇ ਫਿਰ ਕਹਿਣਾ ਹਮੇਸ਼ਾ ਇਹ ਸਵਾਦ ਹੈ ਨਹੀਂ ਪਰ ਮੇਰੇ ਡੈਡੀ ਔਰ ਮੰਮੀ ਦੋਨਾਂ ਨੇ ਮੈਨੂੰ ਬਹੁਤ ਇਨਕਰੇਜ ਕੀਤਾ ਡੈਡੀ ਨੇ ਬਹੁਤ ਤਾਰੀਫ ਕਰੀ ਬਹੁਤ ਸਵਾਦ ਹੈ ਬਹੁਤ ਸਵਾਦ ਹੈ ਅਤੇ ਉਹਨਾਂ ਨੇ ਕਿਹਾ ਨਾ ਤਾਂ ਮੰਮੀ ਨੇ ਕਹਿਣਾ ਕਲੇਰਾ ਬਹੁਤ ਬਣਦੇ ਤੁਸੀਂ ਆਈ ਸਟਿਲ ਰਿਮੈਂਬਰ ਆਈ ਵਾਜ਼ ਲਾਈਕ ਮੈਂ ਮੇਰੇ ਖਿਆਲ 16 ਸਾਲ ਦੀ ਹੋਣੀ ਆ ਤਾਂ ਡੈਡੀ ਨੇ ਮੈਨੂੰ ਇੰਨਾ ਟਰੱਸਟ ਕੀਤਾ ਕਿ ਸਾਡੀ ਪਾਰਟੀ ਸੀ ਵੱਡੀ ਪਾਰਟੀ ਮਤਲਬ ਸਾਡੇ ਘਰ ਵੀ ਪਾਰਟੀਆਂ ਹੁੰਦੀਆਂ ਰਹਿੰਦੀਆਂ ਸੀ ਕਾਫੀਆਂ ਤਾਂ ਡੈਡੀ ਨੇ ਇੰਨਾ ਟਰੱਸਟ ਕੀਤਾ ਮੈਨੂੰ ਕਿ ਮਨੀਸ਼ਾ ਯੂ ਟੇਕ ਕੇਅਰ ਆਫ ਆਲ ਦਾ ਕੁਕਿੰਗ ਸਟਾਫ ਤਾਂ ਸਬਜ਼ੀਆਂ ਹੈਲਪਰ ਸੀਗੇ ਇੱਕ ਉੱਥੇ ਦੋ ਹੈਲਪਰਸ ਮੈਨੂੰ ਦੇ ਦਿੱਤੇ ਬਟ ਆਈ ਵਾਜ਼ ਲਾਈਕ ਦਾ ਮੇਨ ਸ਼ੈਫ ਤਾਂ ਸਾਰਾ ਕੁਝ ਮੈਂ ਕੁਕਿੰਗ ਕੀਤੀ ਸੀਗੀ ਆਈ ਵਾਜ਼ ਜਸਟ 16 ਈਅਰਸ ਓਲਡ ਤਾਂ 60 ਬੰਦੇ ਦੀ ਪਾਰਟੀ ਮੈਂ ਔਰਗਨਾਈਜ਼ ਕੀਤੀ ਸੀਗੀ ਇਹ ਤਾਂ ਬਹੁਤ ਹੀ ਵਧੀਆ ਹੈ ਕਿਉਂ ਨਾ ਤੁਹਾਡੇ ਬ੍ਰਦਰ ਨੂੰ ਫੋਨ ਹੀ ਕਰ ਲਿਆ ਜਾਵੇ ਇੰਡੀਆ ਦੇ ਵਿੱਚ ਇਸ ਕਰਕੇ ਸੋ ਐਕਸਾਈਟਡ ਕਿਉਂ ਨਾ ਉਹਨਾਂ ਨੂੰ ਫੋਨ ਕਰਦੇ ਆ ਐਂਡ ਥੋੜ੍ਹਾ ਉਹਨਾਂ ਤੋਂ ਜਾਣਦੇ ਆ ਯੂ ਨੋ ਤੁਹਾਡੇ ਬਾਰੇ ਐਂਡ ਤੁਹਾਡੀ ਜਿਹੜੀ ਸਟੋਰੀਜ਼ ਨੇ ਉਹ ਬਾਰੇ ਸੋ ਕਿਉਂ ਨਾ ਉਹਨਾਂ ਨੂੰ ਫੋਨ ਲਗਾਇਆ ਜਾਵੇ ਓਕੇ ਹੈਲੋ ਸਤਿ ਸ਼੍ਰੀ ਅਕਾਲ ਮਨੀਸ਼ ਮੈਂ ਜੈਸਮਿਨ ਬੋਲ ਰਹੀ ਹਾਂ ਔਰ ਮੈਂ ਅੱਜ ਤੁਹਾਡੀ ਸਿਸਟਰ ਮਨੀਸ਼ਾ ਜੀ ਦੇ ਘਰ ਆਈ ਹੋਈ ਹਾਂ ਕੁਕਿੰਗ ਸ਼ੋਅ ਦੇ ਰਿਗਾਰਡਿੰਗ ਐਂਡ ਅਸੀਂ ਤੁਹਾਡੇ ਬਾਰੇ ਗੱਲਾਂ ਕਰ ਰਹੇ ਸੀਗੇ ਕਿ ਕਿਵੇਂ ਤੁਸੀਂ ਅਤੇ ਉਹ ਜਦੋਂ ਲੋਕ ਕਰ ਜਾਂਦੇ ਸੀ ਤੁਹਾਡੇ ਪੇਰੈਂਟਸ ਕਿਵੇਂ ਲੁਕ ਲੁਕ ਕੇ ਕੁਕਿੰਗ ਕਰਦੇ ਸੀ ਸੋ ਅਸੀਂ ਉਹੀ ਸਟੋਰੀਜ਼ ਆਪਣੇ ਵਿਊਅਰਸ ਨੂੰ ਦੱਸ ਰਹੇ ਸੀਗੇ ਸੋ ਬਹੁਤ ਹੀ ਚੰਗਾ ਲੱਗਿਆ ਕਿ ਤੁਹਾਡਾ ਜਿਹੜਾ ਰਿਲੇਸ਼ਨਸ਼ਿਪ ਆਪਣੀ ਸਿਸਟਰ ਦੇ ਨਾਲ ਬਹੁਤ ਹੀ ਕਲੋਜ਼ ਹੈ ਐਂਡ ਆਈ ਥਿੰਕ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਹੋਣਾ ਵੀ ਚਾਹੀਦਾ ਹੈ ਸੋ ਬਹੁਤ ਹੀ ਇੰਸਪੀਰੇਸ਼ਨ ਮਿਲਦੀ ਹੈ ਆਈ ਐਮ ਸ਼ੋਰ ਕਿ ਯੂ ਨੋ ਤੁਸੀਂ ਫੋਰ ਐਵਰ ਲਾਈਫ ਲੋਂਗ ਤੁਹਾਡਾ ਰਿਲੇਸ਼ਨਸ਼ਿਪ ਇੱਦਾਂ ਹੀ ਸਟਰੋਂਗ ਰਹੇ ਸੋ ਹੁਣ ਮੈਂ ਮਨੀਸ਼ਾ ਜੀ ਨੂੰ ਪਾਸ ਔਨ ਕਰਦੀ ਹਾਂ ਐਂਡ ਤੁਸੀਂ ਗੱਲ ਕਰੋ ਹਾਂ ਮਨੀਸ਼ ਟੀਵੀ ਤੇ ਹੂੰ ਮੈਂ ਯੂ ਨੋ ਵਾਟ ਤੇਰਾ ਜਿਹੜਾ ਭੇਜਿਆ ਹੋਇਆ ਸੂਟ ਉਹ ਪਾਇਆ ਮੈਂ ਜਿਹੜਾ ਤੂੰ ਸੂਟ ਭੇਜ ਬੈਸਟ ਬਾਏ ਫਰਨੀਚਰ 'ਤੇ ਅਸੀਂ ਕੁਝ ਅਨੋਖਾ ਸੋਚਦੇ ਹਾਂ ਅਤੇ ਵੱਖਰਾ ਬਣਾਉਂਦੇ ਹਾਂ ਤੁਹਾਡੇ ਸੁਪਨਿਆਂ ਦੇ ਮਹਿਲ ਲਈ ਫਰਨੀਚਰ ਦੀ ਇੱਕ ਅਜਿਹੀ ਕਲੈਕਸ਼ਨ ਜੋ ਤੁਹਾਨੂੰ ਕਿਤੇ ਹੋਰ ਨਹੀਂ ਮਿਲੇਗੀ ਸ਼ਾਨਦਾਰ ਮਜ਼ਬੂਤ ਅਤੇ ਆਰਾਮਦਾਇਕ ਫਰਨੀਚਰ ਜ਼ਿੰਦਗੀ ਦੇ ਆਰਾਮਦਾਇਕ ਪਲਾਂ ਲਈ ਬੈਸਟ ਬਾਏ ਫਰਨੀਚਰ ਦ ਪਰਫੈਕਟ ਹੋਮ ਮੇਕਰ ਫਾਈਨੈਂਸ ਅਵੇਲੇਬਲ ਫਾਰ 6 ਮੰਥਸ ਵਿਦ 0% ਇੰਟਰਸਟ ਕਾਲ 403-250-6661 403-250-6661 ਜੈਸੀ ਮੈਂ ਉਹੀ ਪਾਇਆ ਹੈ ਯਾ ਹੋਰ ਸੁਣ ਤਾਂ ਨਹੀਂ ਗਿਆ ਸੀ ਨਹੀਂ ਨਹੀਂ ਹਾਂ ਬਸ ਐਕਚੁਅਲੀ ਸੋਰੀ ਲੱਗਾ ਸੀਗਾ ਅੱਛਾ ਅੱਛਾ ਹੋਰ ਕੀ ਕਹਿੰਦੇ ਆ ਮੋਨਾ ਬੱਚੇ ਮੈਨੂੰ ਕਹਿੰਦਾ ਹੁੰਦਾ ਸੀਗਾ ਕਿ ਤੂੰ ਮੇਰਾ ਹੋਮਵਰਕ ਕਰ ਦੇ ਤੇ ਮੈਂ ਤੇਰਾ ਦੁੱਧ ਪੀ ਲੂੰਗਾ ਇਹ ਦੁੱਧ ਨਹੀਂ ਪੀਂਦਾ ਹੁੰਦਾ ਸੀ ਔਰ ਤੂੰ ਮੇਰੇ ਤੋਂ ਮਾਰ ਵੀ ਬਹੁਤ ਖਾਈ ਹੈ ਮਨੀਸ਼ ਮੈਂ ਪੜ੍ਹਾਉਂਦੀ ਹੁੰਦੀ ਸੀ ਮੈਂ ਟੀਚਰ ਸੀਗੀ ਇਹਦੀ ਔਰ ਚੁੱਪ ਚਾਪ ਮੈਂ ਮਾਰ ਖਾਂਦਾ ਰਹਿੰਦਾ ਸੀ ਨਾ ਬਾਅਦ ਚ ਕਹਿੰਦਾ ਸੀ ਹੁਣ ਆ ਜਾ ਮੈਂ ਪਾਸ ਹੋ ਗਿਆ ਹੁਣ ਆ ਜਾ ਤੂੰ ਯਾ ਮੋਨਾ ਕੀ ਕਰ ਰਹੀ ਹੈ ਬੱਚੇ ਸੌ ਗਏ ਹਾਂਜੀ ਮੋਨਾ ਯਾਰ ਦੀਦੀ ਇਜ਼ ਅ ਸੈਲੀਬ੍ਰਿਟੀ ਨਾਓ ਹਾਂਜੀ ਹਾਂਜੀ ਕੀ ਕਹਿੰਦੇ ਆ ਕੁਕਿੰਗ ਸ਼ੋਅ ਹੈ ਮੈਂ ਦੋ ਚੀਜ਼ਾਂ ਬਣਾਉਣੀਆਂ ਅੱਜ ਚਲੋ ਬੱਚਿਆਂ ਨੂੰ ਪਿਆਰ ਦੇਈ ਓਕੇ ਚਲੋ ਸਾਰੇ ਥੈਂਕ ਯੂ ਕਹਿ ਰਹੇ ਹੈ ਕਿ ਕਹਿੰਦੇ ਅੱਜ ਜੈਸਮਿਨ ਹੈ ਹੋਸਟ ਹੈ ਉਹਨਾਂ ਨਾਲ ਗੱਲ ਕਰ ਲਓ ਹੈਲੋ ਹੈਲੋ ਹਾਂਜੀ ਮਨੀਸ਼ ਥੈਂਕ ਯੂ ਤੁਹਾਡਾ ਤੁਸੀਂ ਸ਼ੋਅ 'ਤੇ ਆਏ ਐਂਡ ਗੱਲਾਂ ਕੀਤੀਆਂ ਸੋ ਥੈਂਕ ਯੂ ਸੋ ਮਚ
ਐਂਡ ਯਾ ਅਸੀਂ ਤੁਹਾਨੂੰ ਬਲੈਸ ਕਰਦੇ ਹਾਂ ਕਿ ਤੁਹਾਡਾ ਜਿਹੜਾ ਰਿਲੇਸ਼ਨਸ਼ਿਪ ਆਪਣੀ ਸਿਸਟਰ ਨਾਲ ਹੈ ਉਹ ਇਦਾਂ ਹੀ ਰਹੇ ਐਂਡ ਹਮੇਸ਼ਾ ਤੁਸੀਂ ਗਰੋ ਓਲਡ ਐਂਡ ਸਟਰੋਂਗ ਹਾਂਜੀ ਬਿਲਕੁਲ ਸੋ ਮਨੀਸ਼ ਇੱਕ ਵਾਰ ਫਿਰ ਤੋਂ ਤੁਹਾਡਾ ਥੈਂਕ ਯੂ ਕਰਦੀ ਹਾਂ ਆਪਣੀ ਪੂਰੀ ਚੱਕ ਦੇ ਟੀਮ ਵੱਲੋਂ ਐਂਡ ਜਿਹੜਾ ਸਾਡਾ ਸ਼ੋਅ ਹੈ ਇਹ ਸਾਡੇ ਯੂਟਿਊਬ ਚੈਨਲ ਚੱਕ ਦੇ ਟੀਵੀ ਚੈਨਲ 'ਤੇ ਅਵੇਲੇਬਲ ਹੋਏਗਾ ਸੋ ਤੁਸੀਂ ਯੂਟਿਊਬ 'ਤੇ ਦੇਖ ਸਕੋਗੇ ਐਂਡ ਅਫਕੋਰਸ ਸਾਡੀ ਵੈਬਸਾਈਟ ਹੈ ਜੋ ਕਿ ਤੁਸੀਂ ਲੌਗਇਨ ਕਰ ਸਕਦੇ ਹੋ www.chakde.ca ਸੋ ਤੁਹਾਡਾ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਥੈਂਕ ਯੂ ਐਂਡ ਗੁੱਡ ਨਾਈਟ ਐਂਡ ਯਾ ਆਲ ਦਾ ਬੈਸਟ ਥੈਂਕ ਯੂ ਯਾ ਸੋ ਤੁਹਾਡੇ ਬ੍ਰਦਰ ਨਾਲ ਇੰਡੀਆ ਗੱਲ ਕੀਤੀ ਸੋ ਬਹੁਤ ਹੀ ਚੰਗਾ ਲੱਗਿਆ ਐਂਡ ਉਹਨਾਂ ਦਾ ਇੱਕ ਵਾਰੀ ਫਿਰ ਤੋਂ ਥੈਂਕ ਯੂ ਐਂਡ ਤੁਸੀਂ ਹੁਣ ਆਪਣੀ ਥੋੜ੍ਹੀ ਹਸਬੈਂਡ ਸਾਈਡ ਫੈਮਿਲੀ ਬਾਰੇ ਦੱਸੋ ਆਪਣੇ ਇਨ-ਲਾਜ਼ ਬਾਰੇ ਦੱਸੋ ਉਹਨਾਂ ਨਾਲ ਵੀ ਤੁਸੀਂ ਇੰਨੇ ਹੀ ਕਲੋਜ਼ ਹੋ ਹਾਂਜੀ ਕੀ ਕਹਿੰਦੇ ਜਦ ਮੇਰਾ ਵਿਆਹ ਹੋਇਆ ਮੈਂ 19 ਦੀ ਸੀਗੀ ਤਾਂ ਹੁਣ ਆਈ ਵਾਸ ਲਾਈਕ 42 ਸੋ ਕਾਫੀ ਯੰਗ ਏਜ ਤੇ ਹੋਇਆ ਬਟ ਕੀ ਕਹਿੰਦੇ ਹੁਣ ਮੰਮੀ ਪਾਪਾ ਇਹਨਾਂ ਦੀ ਸਾਈਡ ਤੇ ਮੈਨੂੰ ਇਹਨਾਂ ਦੀ ਸਾਈਡ ਦੇ ਨਹੀਂ ਲੱਗਦੇ ਹੁਣ ਮੈਨੂੰ ਲੱਗਦਾ ਵੀ ਮੇਰੀ ਸਾਈਡ ਦੇ ਆ ਇੰਨਾ ਯੀਅਰ ਪੈ ਗਿਆ ਤੇ ਹੁਣ ਮੈਂ ਮੋਰ ਇਹਨਾਂ ਮਤਲਬ ਆਪਣੇ ਘਰ ਨਾਲੋਂ ਜ਼ਿਆਦਾ ਇੱਥੇ ਟਾਈਮ ਸਪੈਂਡ ਕਰ ਲਿੱਤਾ ਇਹਨਾਂ ਦੇ ਘਰ ਤਾਂ ਕੀ ਕਹਿੰਦੇ ਆ ਨਹੀਂ ਮੰਮੀ ਪਾਪਾ ਨਾਲ ਬਹੁਤ 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 ਬਿਊਟੀਫੁਲ ਰਿਲੇਸ਼ਨਸ਼ਿਪ ਇਹਨਾਂ ਦੇ ਮੰਮੀ ਪਾਪਾ ਹੁਣ ਵੀ ਇੱਥੇ ਕੀ ਕਹਿੰਦੇ ਆ ਫੋਨ ਕਰਕੇ ਮੇਰੇ ਹਸਬੈਂਡ ਨੂੰ ਨਹੀਂ ਬਲਕਿ ਆਪਣਾ ਦੁੱਖ ਦਰਦ ਖੁਸ਼ੀ ਸਾਰਾ ਕੁਝ ਦੱਸਦੇ ਬਲਕਿ ਸਭ ਤੋਂ ਪਹਿਲੇ ਮੈਨੂੰ ਫੋਨ ਕਰਕੇ ਉਹ ਦੱਸਦੇ ਬਿਕੋਜ਼ ਆਈ ਮੀਨ ਸਾਡਾ ਰਿਲੇਸ਼ਨਸ਼ਿਪ ਹੀ ਇੱਦਾਂ ਕਿ ਉਹ ਜ਼ਿਆਦਾ ਕੰਫਰਟੇਬਲ ਹੈਗੇ ਹੈ ਤਾਂ ਯਾ ਇਟਸ ਅ ਵੈਰੀ ਵੈਰੀ ਬਿਊਟੀਫੁਲ ਰਿਲੇਸ਼ਨਸ਼ਿਪ ਪਾਪਾ ਇੰਨਾ ਜ਼ਿਆਦਾ ਮਿਸ ਕਰੀਦਾ ਉਹਨੂੰ ਮੰਮੀ ਪਾਪਾ ਪਲੀਜ਼ ਆ ਜਾਓ ਅਤੇ ਬ੍ਰਦਰ ਇਨ ਲਾਅ ਆ ਗਏ ਸੀ ਪਿਛਲੇ ਸਾਲ ਆਏ ਸੀਗੇ ਉਹ ਤਾਂ ਇੱਕ ਛੋਟੇ ਬ੍ਰਦਰ ਹੋਰ ਹੈ ਬਹੁਤ ਜ਼ਿਆਦਾ ਮਿਸ ਕਰਦੇ ਉਹਨਾਂ ਨੂੰ ਆਪਾਂ ਤਾਂ ਬਹੁਤ ਸਾਡਾ ਮਤਲਬ ਪਰਿਵਾਰ ਬਿਊਟੀਫੁਲ ਰਿਲੇਸ਼ਨਸ਼ਿਪ ਯਾਰ ਸੋ ਖੁਸ਼ੀ ਖੁਸ਼ੀ ਸਾਰਾ ਪਰਿਵਾਰ ਯੂਨੋ ਬਹੁਤ ਹੀ ਵਧੀਆ ਹੈ ਲਾਈਕ ਤੁਹਾਡੀ ਜਿਹੜੀ ਰਿਲੇਸ਼ਨਸ਼ਿਪ ਹੈ ਫਰੈਂਡਸ ਨਾਲ ਵੀ ਇੰਨੀ ਸਟਰੋਂਗ ਐਂਡ ਫੈਮਿਲੀ ਨਾਲ ਵੀ ਇੰਨੀ ਸਟਰੋਂਗ ਹੈ ਆਈ ਥਿੰਕ ਲਾਈਕ ਯੂ ਸੈਟ ਸਟੈਂਡਰਡ ਕਿ ਇੱਦਾਂ ਬੰਦੇ ਨੂੰ ਹੋਣਾ ਚਾਹੀਦਾ ਆਪਣੇ ਫਰੈਂਡਸ ਨਾਲ ਵੀ ਇੰਨੇ ਕਲੋਜ਼ ਹੋਵੋ ਐਂਡ ਰਿਲੇਟਿਵਸ ਨਾਲ ਵੀ ਐਂਡ ਫੈਮਿਲੀ ਨਾਲ ਵੀ ਐਂਡ ਤੁਹਾਡੀ ਲਾਈਫ ਬਿਲਕੁਲ ਸਮੂਥ ਚੱਲਦੀ ਹੈ ਸੋ ਚਲੋ ਹੁਣ ਕੁਕਿੰਗ ਕਰਦੇ ਹਾਂ ਸ਼ੁਰੂ ਕਿਉਂਕਿ ਮੈਨੂੰ ਤਾਂ ਲੱਗਦੀ ਹੈ ਭੁੱਖ ਸੋ ਅਸੀਂ ਅੱਜ ਬਣਾ ਰਹੇ ਹਾਂ ਜਿੰਜਰ ਗਾਰਲਿਕ ਮਸ਼ਰੂਮ ਐਕਸਪ੍ਰੈਸ ਸੋ ਜੋ ਕਿ ਨਾਮ ਤੁਹਾਡੀ ਡਾਟਰ ਨੇ ਦਿੱਤਾ ਹੈ ਔਰ ਜੋ ਕਿ ਬਹੁਤ ਹੀ ਖਾਸ ਹੋਵੇਗਾ ਕਿਉਂਕਿ ਬਹੁਤ ਹੀ ਸ਼ੈਫੀ ਫੀਲ ਆ ਰਹੀ ਹੈ ਮੈਨੂੰ ਕਿ ਤੁਸੀਂ ਆਪਣਾ ਇਹਨੂੰ ਇੱਕ ਰੈਸਿਪੀ ਨੂੰ ਆਪਣਾ ਨਾਮ ਦਿੱਤਾ ਔਰ ਆਪਣੀ ਉਹ ਦਿੱਤੀ ਹੋਈ ਹੈ ਐਂਡ ਦੈਨ ਸੈਕਿੰਡ ਹੈ ਅਮੀਰ ਪਨੀਰ ਜੋ ਕਿ ਤੁਹਾਡਾ ਡਿਜ਼ਾਇਨ ਕੀਤਾ ਹੋਇਆ ਮੈਂ ਹਮੇਸ਼ਾ ਬਿਲੀਵ ਕਰਦੀ ਕਿ ਬੱਚੇ ਜਿਹੜੇ ਹੈ ਉਹ ਹਮੇਸ਼ਾ ਕ੍ਰੀਏਟਿਵ ਹੁੰਦੇ ਆ ਆਰਟਸ ਦੇ ਨਾਲੋਂ ਤਾਂ ਮੈਂ ਆਪਣੀ ਡਾਟਰ ਨੂੰ ਪੁੱਛਿਆ ਬੇਟਾ ਕੀ ਨਾਮ ਰੱਖੀਏ ਆਪਾਂ ਤਾਂ ਇਹ ਮੇਰੀ ਡਾਟਰ ਨੇ ਆਈ ਮੀਨ ਸ਼ੀ ਕੇਮ ਅਪ ਵਿਦ ਦੀਸ ਆਈਡੀਆਜ਼ ਕਿ ਆਹ ਨਾਮ ਰੱਖੀਏ ਬਿਕੋਜ਼ ਆਰਟਸ ਦਾ ਦਿਮਾਗ ਜਿਹੜਾ ਸਾਡਾ ਸੈਚੂਰੇਟਡ ਹੋਇਆ ਹੁੰਦਾ ਬੱਚੇ ਜਿਹੜੇ ਆ ਉਹ ਕ੍ਰੀਏਟਿਵ ਹੁੰਦੇ ਆ ਯਾ ਤੋ ਯਾ ਉਹਨੇ ਨਾਮ ਰੱਖਿਆ ਐਂਡ ਐਕਚੁਲੀ ਮੇਰੀ ਬੇਟੀ 9 ਸਾਲ ਦੀ ਹੈ ਬਟ ਸ਼ੀ ਇਜ਼ ਅ ਵੈਰੀ ਗੁੱਡ ਰਾਈਟਰ ਤਾਂ ਉਹਨੇ ਸਪੋਂਟੇਨੀਅਸਲੀ ਇੱਕ ਸਟੋਰੀ ਵੀ ਆਈ ਮੀਨ ਕੁਕਿੰਗ ਦੇ ਉੱਤੇ ਇੱਕ ਸਟੋਰੀ ਲਿਖੀ ਹੈ ਤਾਂ ਉਹ ਮੇਰੇ ਖਿਆਲ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੀਦੀ ਹਾਂਜੀ ਬਿਲਕੁਲ ਅਸੀਂ ਜਦੋਂ ਤੱਕ ਕੁਕਿੰਗ ਸ਼ੁਰੂ ਕਰਾਂਗੇ ਅਸੀਂ ਉਹਦੀ ਵੀ ਜਿਹੜੀ ਸਟੋਰੀ ਹੈ ਉਹ ਵੀ ਦੇਖਾਂਗੇ ਐਂਡ ਤੁਹਾਡਾ ਜਿਹੜਾ ਸਨ ਹੈ ਉਹ ਬੈਂਡ ਦੇ ਵਿੱਚ ਹੈ ਉਹਦੀ ਵੀ ਪਰਫਾਰਮੈਂਸਿਸ ਦੇਖਾਂਗੇ ਪਰ ਚਲੋ ਹੁਣ ਅਸੀਂ ਕੁਕਿੰਗ ਸ਼ੁਰੂ ਕਰਦੇ ਹਾਂ ਅਤੇ ਚਲੋ ਕਿਚਨ ਚੱਲਦੀ ਹੈ ਫਿਰ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵੇ ਕੁਸਈਆ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਅਸੀਂ ਪਹੁੰਚ ਗਏ ਹਾਂ ਮਨੀਸ਼ਾ ਜੀ ਉਹਨਾਂ ਦੀ ਕਿਚਨ ਦੇ ਵਿੱਚ ਸੋ ਅਸੀਂ ਪਹਿਲੀ ਜਿਹੜੀ ਰੈਸਿਪੀ ਆ ਉਹ ਕਿਹੜੀ ਬਣਾਉਣ ਜਾ ਰਹੇ ਹਾਂ ਗਾਇਸ ਯੂ ਗਾਇਸ ਵਾਂਟ ਟੂ ਟੈਲ ਉਹ ਸੁਣਾਏ ਤੇ ਲਈ ਬੱਚੇ ਦੱਸਣਗੇ ਜਿੰਜਰ ਗਾਰਲਿਕ ਐਕਸਪ੍ਰੈਸ ਏ ਆਰ ਵੀ ਰੈਡੀ ਸੋ ਬਹੁਤ ਹੀ ਕ੍ਰੀਏਟਿਵਲੀ ਇਹਨਾਂ ਨੇ ਦੱਸਿਆ ਪਹਿਲੀ ਰੈਸਿਪੀ ਕਿਹੜੀ ਬਣਾ ਰਹੇ ਹਾਂ ਸੋ ਚਲੋ ਫਿਰ ਸਟਾਰਟ ਕਰਦੇ ਹਾਂ ਸੋ ਅਸੀਂ ਹੁਣ ਰੈਸਿਪੀ ਬਣਾਉਣ ਜਾ ਰਹੇ ਹਾਂ ਪਰ ਪਹਿਲਾਂ ਕੀ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਬ੍ਰੇਕਿੰਗ ਨਿਊਜ਼ ਸਾਡੀ ਜਿਹੜੀ ਕ੍ਰਿਊ ਹੈ ਉਹਨੂੰ ਉਹਨਾਂ ਦੀ ਚਾਹ ਮਿਲ ਚੁੱਕੀ ਹੈ ਸੋ ਉਹਨਾਂ ਵਿੱਚ ਚੁਸਤੀ ਆ ਗਈ ਹੈ ਤੋ ਹੁਣ ਵੇਟ ਨਹੀਂ ਹੋ ਰਿਹਾ ਹੁਣ ਚਲੋ ਰੈਸਿਪੀ ਫਾਈਨਲੀ ਅਸੀਂ ਸਟਾਰਟ ਕਰੀਏ ਕਿਉਂਕਿ ਭੁੱਖ ਲੱਗ ਰਹੀ ਹੈ ਸੋ ਤੁਸੀਂ ਪਹਿਲਾਂ ਤਾਂ ਆਪਣੇ ਇਨਗਰੀਡੀਐਂਟਸ ਦੱਸੋ ਓਕੇ ਸੀ ਲਾਈਕ ਆਈ ਸੈਡ ਕਿ ਐਕਸਪ੍ਰੈਸ ਥੋੜਾ ਧੂਆ ਵੀ ਨਿਕਲਣਾ ਚਾਹੀਦਾ ਟ੍ਰੇਨ 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 ਸਟਾਈਲ ਚੇਨਈ ਐਕਸਪ੍ਰੈਸ ਚੇਨਈ ਐਕਸਪ੍ਰੈਸ ਦਾ ਚੇਤਾ ਆ ਗਿਆ ਮੈਨੂੰ ਪਤਾ ਨਹੀਂ ਕਿਉਂ ਬਟ ਚਲੋ ਇਹਨੂੰ ਮਸ਼ਰੂਮ ਐਕਸਪ੍ਰੈਸ ਹੈ ਥੋੜੀ ਜੀ ਹੌਟ ਹੋਏਗੀ ਤਾਂ ਥੋੜਾ ਧੂਆ ਨਿਕਲੇਗਾ ਹਾਂਜੀ ਬਿਲਕੁਲ ਸੋ ਵੀ ਹੈਵ ਮਸ਼ਰੂਮਸ ਤਾਂ ਇਹ ਹੈ ਚਿਲੀ ਸਾਸ ਓਕੇ ਐਂਡ ਪਲਮ ਸਾਸ ਐਂਡ ਓਇਲ ਓਕੇ ਸੋਇਆ ਸਾਸ ਕੋਰਨ ਸਟਾਰਚ
sesame seeds. Okay, till till can they right? Okay. The garlic ho gaya, ginger te hariya mircha. ओके बिल्कुल सो पहला तो मैं ये दसो भी इस रेसिपी दे विच हेल्थी फैक्टर की है मशरूम्स दे बेनिफिट्स की ने थोड़ी जी शेयर करो वाह मशरूम जी आह एक मशरूम जो है ये एक बनाना दे कंपैरेटिवली ज़्यादा पोटाशियम है ओह एक बनाना दे ओके फिर तो बनाना की जगह एक मशरूम खाना चाहिए खा लो हाँ जी और ना कार्ब्स बच जाते हैं जो कि सानू थोड़े घट ही खाने चाहिए एग्जैक्टली ओके मशरूम वैसे तो फंजा है फंजाई अगर साड़ी दुनिया च ना हो तो कुछ नहीं आई मीन बिकॉज फंजाई की करता है प्लांट्स नू रीसाइकल करता है हां जी प्लांट्स रीसाइकल करता है हां जी बट मोस्टली अपन हुन आजकल बटन मशरूम यूज कर रहे हैं तो ये जड़ा हैगा बटन मशरूम है ओके सो बटन मशरूम लेते हैं पर उतना भी जेरे दूजे मशरूम जानते ने जिगा चिटाकी मशरूम जेरे के मोस्टली मिलते ने वो भी यूज कर सकते हैं हां जी कोई भी पोर्टोबेलो मशरूम यूज कर सकते हैं पोर्टोबेलो चिटाकी एनीथिंग ओके एनी मशरूम हां जी एंड मैं देख रही हूं इथे सिलेंट्रो धनिया भी पिया है एंड धनिया दे बेनिफिट्स तो जी शेयर करो साडे नाल धनिया का फ्लेवर जी की कहंदे धनिया ऊपर पा दो तो कोई भी चीज बढ़िया दिखेगी तो हां जी बिल्कुल लगेगी साडी पंजाबी जी जेडी कम्युनिटी आ ओदे विच जेडी भी रेसिपी हुंदी है धनिया तो हुंदा ही है बिल्कुल धनिया तो जिद्दा साडी बिल्कुल ही एक रेसिपी का मेन इंग्रेडिएंट हुंदा हां जी हां जी ओके सो असी पहला की करांगे असी की कहंदे पहले आ मैं ऑलरेडी वॉश करके रखे हुए हैं मशरूम्स ता इना नु ज्यादा छोटे नहीं कटने राइट ता इना नु पांच फोर बहुत वड्डा मशरूम है तो इन्हें सो क्वार्टर कर लेना है क्वार्टर कर ओके जो छोटा मशरूम है जितना फॉर एग्जांपल दिस तो इन्हें बस हाफ ही इनफ है बहुत सारा ओके सो लाइक ओके सो फोर पीसेस कर लेने एक जड़ा एक मशरूम है इन्हें पहला हाफ करके एंड देन हाफ अगेन हाँ जी ओके सो तो इन्हें आप कट के रख लेंगे तो असी अपने जो मशरूम्स ने वो प्रेप कर लेने हूँ अगला स्टेप की है अगला स्टेप आप करेंगे जिंजर गार्लिक ग्रीन चिलीज ग्राइंड कर लेंगे सो वो भी असी ऑलरेडी प्रेप करके रख लिया ने छोटा छोटा कट लिया असी उद्दा फूड प्रोसेसर कर रहे हैं और ये जो फूड प्रोसेसर है थोड़ा मैं यूनिक लग रहा है हाथ करन वाला है ये कितों लिता तुसी पहले तो ये दसो ये जी आप की कहते हैं स्टैम्प कार्ड लिता सी सो आई रियली लाइक्ड इट क्योंकि कोई ओदी नहीं की कहते हैं एक्सरसाइज भी हो जाती है ना हाँ जी तो इलेक्ट्रिसिटी भी सेव होती है ये तो फिर मैं लगता है भी बल्क दे विच इंडिया भेज देने चाहिए जिते बिजली नहीं होंगी तो असी बस इन्हें ग्राइंड कर लेना पेस्ट बना के रख ली फ्रीजर एडवांस यही करी जाए करो हाँ जी हाँ जी ठीक है थोड़ा कुकिंग आई मीन फैशन है तो थोड़े जे पिकी हो जाते हैं कभी कभी राइट बिल्कुल उस रखी हुई फ्रिज रखी हुई फ्रीजर च अगर कोई पेस्ट पहले ही बना के रखे हो तो कितनी हेल्पफुल होंगे ना नहीं हेल्पफुल तो होंगे जी बट आई मीन फ्रेश ingredients freshly ਮੈਨੂੰ ਹੁਣ ਸਮੈਲ ਆ ਰਹੀ ਹੈ ਮੈਨੂੰ ਐਕਚੁਅਲੀ ਅਦਰਕ ਗਾਰਲਿਕ ਐਂਡ ਜਦੋਂ ਹਰੀ ਮਿਰਚ ਦੀ ਪੇਸਟ ਹੁੰਦੀ ਉਹਦੀ ਸਮੈਲ ਬਹੁਤ ਵਧੀਆ ਲੱਗਦੀ ਪਤਾ ਨਹੀਂ ਕਿਉਂ ਈਵਨ ਜਦੋਂ ਤੜਕੇ 'ਚ ਵੀ ਪੈਂਦੀ ਉਦੋਂ ਵੀ ਬਟ ਹਾਂਜੀ ਹੁਣ ਤਾਂ ਬਹੁਤ ਹੀ ਵਧੀਆ ਸਮੈਲ ਆ ਰਹੀ ਹੈ ਆਈ ਨੋ ਸੋ ਅਸੀਂ ਜਿਹੜੀ ਅਦਰਕ ਜਿੰਜਰ ਐਂਡ ਗਾਰਲਿਕ ਦੀ ਜਿਹੜੀ ਪੇਸਟ ਬਣਾਈ ਸੀ ਹੁਣ ਉਸ ਤੋਂ ਬਾਅਦ ਤੀਜਾ ਸਟੈਪ ਹੈ ਆਪਣਾ ਕੁਕਿੰਗ ਪ੍ਰੋਸੈਸ ਹਾਂਜੀ ਤੁਸੀਂ ਹੁਣ ਸਟੈਪ ਦੱਸੋਗੇ ਕਰਨਾ ਕੀ ਹੈ ਸੀ ਇਹ ਐਕਸਪ੍ਰੈਸ ਹੈ ਤਾਂ ਸਾਨੂੰ ਐਕਸਪ੍ਰੈਸ ਤਰ੍ਹਾਂ ਜਲਦੀ 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 ਸਾਰਾ ਕੁਝ ਕਰਨਾ ਪੈਂਦਾ ਹਾਂਜੀ ਬਿਲਕੁਲ ਛੂ-ਛੂ ਟਾਈਪ ਛੂ-ਛੂ ਟਾਈਪ ਹੈ ਸੋ ਫਰਸਟ ਵੀਲ ਸਟਾਰਟ ਵਿਦ ਦ ਆਇਲ ਓਕੇ ਹਾਂਜੀ ਤਾਂ ਸਿੰਸ ਆਪਾਂ ਬਹੁਤ ਹੈਲਥ ਕੌਨਸ਼ੀਅਸ ਹਾਂ ਸਾਰੇ ਜਣੇ ਹਾਂਜੀ ਬਿਲਕੁਲ ਤਾਂ ਆਪਾਂ ਥੋੜ੍ਹਾ ਜਿਹਾ ਤੇਲ ਪਾਵਾਂਗੇ ਹਾਂਜੀ ਮੈਂ ਦੱਸਣਾ ਵੀ ਚਾਹਾਂਗੀ ਵੀ ਸਾਡਾ ਸ਼ੋਅ ਤੇ ਇਹ ਮਕਸਦ ਰਹੇਗਾ ਕਿ ਅਸੀਂ ਜਿਹੜੀ ਹੈਲਥ ਹੈ ਉਹਨੂੰ ਜ਼ਿਆਦਾ ਪ੍ਰਮੋਟ ਕਰੀਏ ਕਿਉਂਕਿ ਅੱਜ ਕੱਲ੍ਹ ਹੈਲਥ ਇਜ਼ ਵੈਲਥ ਯੂ ਨੋ ਸੋ ਹੈਲਥ ਬਹੁਤ ਜ਼ਰੂਰੀ ਹੈ ਐਂਡ ਥੋੜ੍ਹਾ ਜਿਹਾ ਆਇਲ ਪਾਇਆ ਹਾਂਜੀ ਥੋੜ੍ਹਾ ਜਿਹਾ ਆਇਲ ਪਾਇਆ ਤਾਂ ਲੋਟਸ ਐਂਡ ਲੋਟਸ ਆਫ ਜਿੰਜਰ ਗਾਰਲਿਕ ਬਿਕੋਜ਼ ਨਾਮ ਨੂੰ ਆਪਾਂ ਸਫਾਈਸ ਕਰਨਾ ਹੈ ਜਿੰਜਰ ਗਾਰਲਿਕ ਮਸ਼ਰੂਮ ਐਕਸਪ੍ਰੈਸ ਤਾਂ ਜਿੰਜਰ ਗਾਰਲਿਕ ਜਿੱਦਾਂ ਦੇਖਿਆ ਸੀ ਤੁਸੀਂ ਇਸ ਕੁਆਂਟੀਟੀ 'ਚ ਵੀ ਆਪਾਂ ਪਾਇਆ ਅਤੇ ਹੁਣ ਆਪਾਂ ਇਹ ਪਾ ਦਾਂਗੇ ਇਹਨੂੰ ਜਿੰਜਰ ਗਾਰਲਿਕ ਥੋੜ੍ਹਾ ਜਿਹਾ ਆਪਾਂ ਤੋ ਇਹ ਜਦ ਤੱਕ ਬਰਾਊਨ ਹੋ ਜਾਏ ਉਦੋਂ ਤੱਕ ਕਰਨਾ ਇਹਨਾਂ ਨੂੰ ਸੌਟ ਨਹੀਂ ਜੀ ਇਹ ਕੀ ਕਹਿੰਦੇ ਆ ਬਿਲਕੁਲ ਜਿੱਦਾਂ ਜਿੱਦਾਂ ਆਪਾਂ ਇਹਨੂੰ ਜ਼ਿਆਦਾ ਕੁੱਕ ਕਰਦੇ ਹਾਂ ਉਦਾਂ ਤਾਂ ਇਹਦੇ ਫਲੇਵਰ ਜਿਹੜੇ ਆ ਉਹ
ਬਦਲਣੇ ਸ਼ੁਰੂ ਹੋ ਜਾਂਦੇ ਆ ਤੇ ਕੀ ਕਹਿੰਦੇ ਆ ਆਪਾਂ ਇਹਨੂੰ ਬਿਲਕੁਲ ਹਲਕਾ ਜਿਹਾ ਕਰਨਾ ਹਲਕਾ ਜਿਹਾ ਪਿੰਕ ਹੋ ਜਾਵੇ ਸੋ ਸਲੋਲੀ ਅਸੀਂ ਤਾਂ ਕਰਦੇ ਆ ਜਦੋਂ ਤੇਲ ਬਿਲਕੁਲ ਹੀ ਗਰਮ ਨਾ ਹੋਵੇ ਤਾਂ ਅਸੀਂ ਅੱਜ ਪਹੁੰਚ ਗਏ ਆ ਟਸਕਨੀ ਏਰੀਆ ਦੇ ਵਿੱਚ ਅਸੀਂ ਪਹੁੰਚ ਗਏ ਆ ਅੱਜ ਵੈਂਟਵਰਥ ਸਾਊਥ ਵੈਸਟ ਏਰੀਆ ਦੇ ਵਿੱਚ ਅੱਜ ਅਸੀਂ ਪਹੁੰਚ ਚੁੱਕੇ ਆ ਕੋਰਲ ਸਪ੍ਰਿੰਗਸ ਜੋ ਕਿ ਪੈ ਜਾਂਦਾ ਹੈ ਕੈਲਗਰੀ ਦੇ ਨਾਰਥ ਈਸਟ ਏਰੀਆ ਦੇ ਵਿੱਚ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਜੈਸਮਿਨ ਪਰਮਾਰ ਲੈ ਕੇ ਆ ਰਹੀ ਹਾਂ ਚੱਕ ਦੇ ਚੁੱਲ੍ਹਾ ਜੇ ਤੁਸੀਂ ਇਸ ਪ੍ਰੋਗਰਾਮ ਚੱਕ ਦੇ ਚੁੱਲ੍ਹਾ ਵਿੱਚ ਹਿੱਸਾ ਲੈਣਾ ਚਾਹੁੰਦੇ ਹੋ ਸਾਨੂੰ ਸੰਪਰਕ ਕਰੋ ਅਸੀਂ ਆਵਾਂਗੇ ਤੁਹਾਡੇ ਘਰੇ ਤੁਹਾਡੀ ਰੈਸਿਪੀ ਸ਼ੂਟ ਕਰਨ ਫਿਰ ਦੇਰ ਕਿਸ ਗੱਲ ਦੀ ਫੋਨ ਚੁੱਕੋ ਤੇ ਸਾਨੂੰ ਕਾਲ ਕਰੋ ਥੋੜਾ ਹੋਵੇ ਤਾਂ ਕਿ ਉਹ ਫਲੇਵਰ ਦੇ ਦੇਵੇ ਓਇਲ ਨੂੰ ਐਂਡ ਹੌਲੀ ਹੌਲੀ ਕੁੱਕ ਹੋਵੇ ਨਹੀਂ ਤਾਂ ਫਿਰ ਉਹ ਬਰਨ ਹੋ ਜਾਂਦਾ ਕਿਉਂਕਿ ਇਹ ਤਾਂ ਹੈ ਹੀ ਅਦਰਕ ਐਂਡ ਜਿੰਜਰ ਜੋ ਕਿ ਜਿੰਜਰ ਗਾਰਲਿਕ ਪੇਸਟ ਜੋ ਕਿ ਜਲਦੀ ਬਰਾਊਨ ਹੋ ਜਾਂਦੀ ਹੈ ਐਗਜ਼ੈਕਟਲੀ ਸੋ ਇਹਨੂੰ ਤੁਸੀਂ ਬਸ ਹਲਕਾ ਜਿਹਾ ਫਲੇਵਰ ਹੀ ਦੇਣਾ ਹਲਕਾ ਜਿਹਾ ਫਲੇਵਰ ਓਇਲ 'ਚ ਫਲੇਵਰਸ ਆ ਗਏ ਹੁਣ ਸਾਰੇ ਤਾਂ ਹੁਣ ਆਪਾਂ ਇਹਦੇ 'ਚ ਕੀ ਪਾਵਾਂਗੇ ਮਸ਼ਰੂਮਸ ਓਕੇ ਸੋ ਮਸ਼ਰੂਮਸ ਹੁਣ ਪਾ ਦੇਣੇ ਆ ਯਾ ਜ਼ਰੂਰੀ ਨੀ ਵੀ ਚਾਹ ਦੇ ਨਾਲ ਸਮੋਸੇ ਜਾਂ ਏਦਾਂ ਦੀ ਚੀਜ਼ਾਂ ਦੇਈਏ ਅਸੀਂ ਥੋੜੇ ਹੈਲਥੀ ਵੀ ਹੋ ਸਕਦੇ ਹਾਂ ਇਸ ਲਈ ਥੋੜਾ ਯੂ ਨੋ ਏਦਾਂ ਦੀ ਕੁਇਕ ਰੈਸਿਪੀ ਸਰਵ ਕਰ ਸਕਦੇ ਹਾਂ ਅਨਹੈਲਥੀ ਵੀ ਆ ਇਹਦੇ 'ਚ ਇੱਕ ਬਨਾਨਾ ਜਿੰਨਾ ਪੋਟਾਸ਼ੀਅਮ ਆ ਜੋ ਕਿ ਬਹੁਤ ਹੀ ਵਧੀਆ ਹੈ ਔਰ ਇਹਦੇ 'ਚ ਸਲੇਨੀਅਮ ਵੀ ਹੁੰਦਾ ਸਲੇਨੀਅਮ ਜਿਹੜਾ ਹੈਗਾ ਉਹ ਕੈਂਸਰ ਫਾਈਟਿੰਗ ਹੁੰਦਾ ਇਮਿਊਨ ਸਿਸਟਮ ਨੂੰ ਬਹੁਤ ਅੱਛਾ ਕਰਦਾ ਤਾਂ ਉਹਦੇ ਵਿੱਚ ਉਹ ਪ੍ਰੋਪਰਟੀਜ਼ ਵੀ ਹੈਗੀਆਂ ਮਸ਼ਰੂਮ ਦੇ ਵਿੱਚ ਸੋ ਆਲ ਇਨ ਆਲ ਮਸ਼ਰੂਮ ਗੁੱਡ ਆਲਟਰਨੇਟਿਵ ਆ ਵੈਜੀਟੇਰੀਅਨਸ ਲਈ ਜੋ ਕਿ ਮੀਟ ਨਹੀਂ ਖਾਂਦੇ ਯਾਰ ਯੂ ਨੋ ਐਗਜ਼ੈਕਟਲੀ ਯਾ ਸੋ ਇਹ ਇੱਕ ਗੁੱਡ ਆਲਟਰਨੇਟਿਵ ਆ ਪਨੀਰ ਦੀ ਜਗ੍ਹਾ ਹੋ ਗਿਆ ਜਾਂ ਕਿਸੇ ਹੋਰ ਵੈਜੀਟੇਬਲ ਦੀ ਜਗ੍ਹਾ ਇਹ ਸਮਥਿੰਗ ਨਿਊ ਹਾਂਜੀ ਥੋੜ੍ਹਾ ਜਿਹਾ ਆਪਾਂ ਗੈਸ ਨੂੰ ਥੋੜ੍ਹਾ ਜਿਹਾ ਤੇਜ਼ ਕਰ ਦਿੱਤਾ ਹਾਂਜੀ ਬਿਲਕੁਲ ਤਾਂ ਕਿ ਮਸ਼ਰੂਮ 'ਚ ਐਕਚੁਅਲੀ ਵਾਟਰ ਕੰਟੈਂਟ ਵਾਟਰ ਕੰਟੈਂਟ ਮੈਂ ਕਹਿ ਨਹੀਂ ਲੱਗੀ ਸੀਗੀ ਵਾਟਰ ਕੰਟੈਂਟ ਬਹੁਤ ਹੁੰਦਾ ਮਸ਼ਰੂਮ ਦੇ ਵਿੱਚ ਇਹਦੇ ਵਿੱਚ ਧਿਆਨ ਰੱਖੋ ਪਹਿਲੇ ਕੀ ਕਹਿੰਦੇ ਆ ਨਮਕ ਨਾ ਪਾਓ ਬਿਕੋਜ਼ ਅਗਰ ਨਮਕ ਪਾਤਾ ਤੁਸੀਂ ਤਾਂ ਇਹਨੇ ਸਾਰੇ ਪਾਣੀ ਛੱਡ ਦਿੰਦਾ ਤੇ ਅਸੀਂ ਹੁਣ ਮਾੜਾ ਜਿਹਾ ਇਹਨੂੰ ਉਹ ਸਟਰ ਕਰਾਂਗੇ ਤਾਂ ਕਿ ਇਹਦੇ ਫਲੇਵਰ ਜਿਹੜੇ ਹੈਗੇ ਆ ਜਿੰਜਰ ਗਾਰਲਿਕ ਦੇ ਉਹ ਮਸ਼ਰੂਮ ਦੇ ਅੰਦਰ ਚਲੇ ਜਾਣ ਓਕੇ ਹਾਂਜੀ ਔਰ ਮਸ਼ਰੂਮ ਬਹੁਤ ਜਲਦੀ ਸੋਕ ਕਰ ਲੈਂਦਾ ਕੋਈ ਵੀ ਉਹਦੇ 'ਚ ਫਲੇਵਰ ਪਾਓ ਬਹੁਤ ਜਲਦੀ ਸੋਕ ਕਰ ਲੈਂਦਾ ਸੋ ਇੱਕ ਸਪੰਜ ਵਾਂਗੂ ਹੈ ਸਪੰਜ ਓਕੇ ਸੋ ਸਪੰਜ ਵਾਂਗੂ ਹੈ ਸੋ ਹੁਣ ਜਿਹੜੇ ਸਾਡੇ ਮਸ਼ਰੂਮਸ ਨੇ ਥੋੜ੍ਹੇ ਟੈਂਡਰ ਐਂਡ ਸੌਫਟ ਹੋ ਗਏ ਨੇ ਐਂਡ ਆਈ ਥਿੰਕ ਫਲੇਵਰ ਇਹਨਾਂ ਨੇ ਸੋਕ ਕਰ ਲਿਆ ਕਿਉਂਕਿ ਜਲਦੀ ਕਰ ਲੈਂਦੇ ਨੈਕਸਟ ਸਟੈਪ ਕੀ ਹੈ ਸਾਡਾ ਹਾਂਜੀ ਨੈਕਸਟ ਸਟੈਪ ਹੁਣ ਅਸੀਂ ਇਸ 'ਚ ਪਾਵਾਂਗੇ ਪਲਮ ਸੌਸ ਪਲਮ ਸੌਸ ਜੋ ਕਿ ਈਜ਼ਲੀ ਅਵੇਲੇਬਲ ਹੈ ਵੈਰੀ ਵੈਰੀ ਈਜ਼ੀ ਹੈ ਓਕੇ ਯਾ ਪਲਮ ਸੌਸ ਹੋ ਗਈ ਚਾਈਨੀਜ਼ ਸੈਕਸ਼ਨ 'ਚ ਤੋਂ ਤੁਹਾਨੂੰ ਸਾਰੇ ਇਨਗਰੀਡੀਐਂਟਸ ਮਿਲ ਜਾਣਗੇ ਹਾਂਜੀ ਬਿਲਕੁਲ ਇਹ ਜਿਹੜੇ ਮੋਸਟਲੀ ਜਿਹੜੀ ਸੌਸਿਸ ਨੇ ਚਾਈਨੀਜ਼ ਸੈਕਸ਼ਨ ਤੋਂ ਹੀ ਮਿਲਦੇ ਹਨ ਜਿਵੇਂ ਕਿ ਜਿਹੜੀ ਚਿੱਲੀ ਸੌਸ ਸੀ ਇਹ ਐਕਚੁਅਲੀ ਹੈਗੀ ਹੈ ਸਰਾਚਾ ਰਾਈਟ ਬਹੁਤ ਸਾਰੀਆਂ ਲਾਲ ਮਿਰਚਾਂ ਇਕੱਠੀਆਂ ਕਰਕੇ ਉਹਦੀ ਸੌਸ ਬਣਾਤੀ ਸੀ ਐਂਡ ਲਾਈਕ ਸਮ ਹਾਓ ਏਦਾਂ ਹੀ ਇਹਦੀ ਰੈਸਿਪੀ ਫੋਰਮ ਹੋਈ ਬਟ ਖਾਣ 'ਚ ਬਹੁਤ ਟੇਸਟੀ ਹੈ ਓਕੇ ਹੁਣ ਅਸੀਂ ਸੋਇਆ ਸੌਸ ਜੋ ਕਿ ਆਲਸੋ ਅਸੀਂ ਇੰਡੋ ਚਾਈਨੀਜ਼ ਕੁਕਿੰਗ 'ਚ ਬਹੁਤ ਯੂਜ ਕਰਦੇ ਹਾਂ ਸੋ ਇਹ ਤਾਂ ਈਜ਼ਲੀ ਅਵੇਲੇਬਲ ਹੁੰਦੀ ਹੈ ਅਤੇ ਆਪਾਂ ਇਹ ਫਲ ਤਾਂ ਹੁਣ ਆਪਾਂ ਥੋੜ੍ਹਾ ਜਿਹਾ ਸਾਲਟ ਪਾ ਸਕਦੇ ਹਾਂ ਓਕੇ ਹੁਣ ਇਹਨੂੰ ਸੀਜ਼ਨ ਕਰਨਾ ਆਪਣੇ ਟੇਸਟ ਦੇ ਹਿਸਾਬ ਨਾਲ ਯੈਸ ਓਕੇ ਯੂ ਨੋ ਇੰਨਾ ਜ਼ਿਆਦਾ ਐਕਸਪੀਰੀਅੰਸ ਹੋ ਗਿਆ ਹੁਣ ਨਮਕ ਪਾਉਣ ਦਾ ਅਤੇ ਹੁਣ ਨਾਪ ਨੁਪ ਕੇ ਪਾਉਣਾ ਬਿਲਕੁਲ ਤੁਸੀਂ ਤਾਂ ਉੱਦਾਂ ਹੀ ਰੱਖਿਆ ਹੋਇਆ ਕਿ ਜਦੋਂ ਪਾਉਣਾ ਬਸ ਉੱਦਾਂ ਪਾ ਹੀ ਬਸ ਉੱਦਾਂ ਹੀ ਪਾ ਵੈਸੇ ਵੀ ਸਾਡੀ ਪੰਜਾਬੀ ਕਮਿਊਨਿਟੀ 'ਚ ਹੁੰਦਾ ਕੋਈ ਵੀ ਰੈਸਿਪੀ ਫੋਲੋ ਨਹੀਂ ਕਰਦਾ ਹੁੰਦਾ ਜੇ ਸਾਨੂੰ ਕੋਈ ਰੈਸਿਪੀ ਦਿੱਤੀ ਵੀ ਜਾਵੇ ਅਸੀਂ ਆਪਣਾ ਤੁੱਕ ਤਾਂ ਵਿੱਚ ਲਾਉਣਾ ਹੀ ਹੁੰਦਾ ਸੋ ਇਹਦੇ ਲਈ ਇਟਸ ਓਕੇ ਜੇ ਪਰਫੈਕਟ ਰੈਸਿਪੀ ਦੀ ਉਹ ਮੈਜਰਮੈਂਟਸ ਨਹੀਂ ਹੈਗੇ ਅਸੀਂ ਆਪਣੇ ਹਿਸਾਬ ਨਾਲ ਹੀ ਬਣਾਉਂਦੇ ਹੁੰਦੇ ਹਾਂ ਹਾਂਜੀ ਨੈਕਸਟ ਇੰਗਰੀਡੀਅੰਟ ਮੈਂ ਪਾਊਂਗੀ ਬਾਇਓਡੀਗ੍ਰੇਡੇਬਲ ਪਲਾਸਟਿਕ ਬਣਾਉਂਦੇ ਆ ਉਹਦੇ ਵਿੱਚ ਮੇਨ ਬਾਇਓਡੀਗ੍ਰੇਡੇਬਲ ਰਾਈਟ ਦੂਜਾ ਵਾਲਾ ਨਹੀਂ ਪਲਾਸਟਿਕ ਅੱਛਾ ਵਾਲਾ ਤੇ ਉਹਦੇ ਵਿੱਚ ਮੇਨ ਇੰਗਰੀਡੀਅੰਟ ਹੁੰਦਾ ਇੰਟਰਸਟਿੰਗ ਜਿਹੜੇ ਸਾਡੇ ਫੂਡ ਨੇ ਕਈ ਵਾਰ ਸਾਨੂੰ ਜੇ ਅਸੀਂ ਸਰਚ ਕਰੀਏ ਨਾ ਬਹੁਤ ਕੁਛ ਸਿੱਖਣ ਨੂੰ ਮਿਲਦਾ ਬਹੁਤ ਹੀ ਯੂਨੀਕ ਚੀਜ਼ਾਂ ਜੋ ਕਿ ਅਸੀਂ ਕਦੇ ਸੋਚ ਵੀ ਨਹੀਂ ਸਕਦੇ ਹਾਂਜੀ ਇਹ ਕੀ ਕਹਿੰਦੇ ਯੂਜਲੀ ਆਪਾਂ ਕੋਲ ਸਰਚ ਛੁੱਟੀ ਕਰਦੇ ਹਾਂ ਪਾਣੀ 'ਚ ਮਿਕਸ ਕਰਕੇ ਪਾਉਂਦੇ ਹਾਂ ਸਲਰੀ ਬਣਾ ਕੇ ਐਗਜੈਕਟਲੀ ਪਰ ਇਸ ਰੈਸਿਪੀ ਵਿੱਚ ਆਪਾਂ ਇਸ ਲਈ ਬਿਕੋਜ਼ ਮਸ਼ਰੂਮ ਦਾ ਆਪਣਾ ਪਾਣੀ ਬਹੁਤ ਜ਼ਿਆਦਾ ਅਤੇ ਇਹਦੇ ਵਿੱਚ ਆਪਾਂ ਹੋਰ ਪਾਣੀ ਨਹੀਂ ਐਡ ਕਰਦੇ ਤਾਂ ਆਪਾਂ ਇਹਨੂੰ ਇੱਦਾਂ ਹੀ ਸਪ੍ਰਿੰਕਲ ਕਰਾਂਗੇ ਓਕੇ ਸੋ ਇਹਨੂੰ ਸਪ੍ਰਿੰਕਲ ਹਾਂਜੀ ਇੱਕ ਟੇਬਲ ਸਪੂਨ ਸੋ ਇਹਨੂੰ ਬੇਸਿਕਲੀ ਥਿੱਕ ਕਰਨ ਲਈ ਥਿੱਕ ਕਰਨ ਲਈ ਹਾਂਜੀ
ਇਹਨੂੰ ਕੰਟੀਨਿਊਸਲੀ ਤੁਸੀਂ ਸਟਰ ਕਰੀ ਜਾਣਾ ਔਰ ਇਹ ਹਾਈ ਫਲੇਮ ਹਾਈ ਫਲੇਮ ਤੇ ਬਿਕਾਜ਼ ਯੂ ਨੋ ਵਾਟ ਪਾਣੀ ਬਹੁਤ ਹੁੰਦਾ ਹੈ ਮਸ਼ਰੂਮ ਵਿੱਚ ਤੇ ਪਾਣੀ ਬਹੁਤ ਛੱਡ ਦੇਗਾ ਤੇ ਉਹਦਾ ਫਲੇਵਰ ਜਿਹੜਾ ਹੈ ਉਹ ਇੰਨਾ ਅੱਛਾ ਨਹੀਂ ਆਏਗਾ ਹੁਣ ਜੇ ਕਈ ਜਿਹੜੇ ਸਾਡੇ ਵਿਊਅਰਸ ਨੇ ਕਈ ਐਲਰਜੀਜ਼ ਹੁੰਦੀਆਂ ਨੇ ਕਈਆਂ ਨੂੰ ਮਸ਼ਰੂਮਸ ਤੋਂ ਉਹ ਕੁਛ ਆਲਟਰ ਵੀ ਕਰ ਸਕਦੇ ਆ ਮਸ਼ਰੂਮਸ ਦੀ ਜਗ੍ਹਾ ਕੋਈ ਹੋਰ ਵੈਜੀਟੇਬਲ ਪਨੀਰ ਪਾ ਸਕਦੇ ਹੋ ਤੁਸੀਂ ਆਲੂ ਪਾ ਸਕਦੇ ਹੋ ਤੁਸੀਂ ਕੀ ਕਹਿੰਦੇ ਗੋਭੀ ਪਾ ਸਕਦੇ ਹੋ ਤੁਸੀਂ ਬਰੋਕਲੀ ਪਾ ਸਕਦੇ ਹੋ ਤੁਸੀਂ ਜੋ ਮਰਜ਼ੀ ਸਬਜ਼ੀ ਪਾ ਸਕਦੇ ਹੋ ਸੋ ਬੇਸਿਕਲੀ ਹੈਲਥੀ ਹੋਣਾ ਚਾਹੀਦਾ ਐਗਜੈਕਟਲੀ ਸੋ ਇਹ ਦੇਖ ਲਓ ਹੁਣ ਕੀ ਕਹਿੰਦੇ ਆ ਮੈਨੂੰ ਲੱਗਿਆ ਅਸੀਂ ਕੋਈ ਕੱਟ ਨਹੀਂ ਲਿੱਤਾ ਕੁਛ ਨਹੀਂ ਲਿੱਤਾ ਬਟ ਇੰਡੋ ਚਾਈਨੀਜ਼ ਮੈਨੂੰ ਤਿਆਰ ਹੈ ਬਿਲਕੁਲ ਹੁਣ ਤੁਸੀਂ ਇਹਨੂੰ ਸਰਵ ਕਰ ਰਹੇ ਹੋ ਮੈਂ ਪੁੱਛਣਾ ਚਾਹਾਂਗੀ ਜਿਹੜਾ ਧਨੀਆ ਐਂਡ ਸੈਸਮੀ ਸੀਡ ਸੀ ਉਹ ਕੀ ਗਾਰਨਿਸ਼ ਲਈ ਹੋਣਗੇ ਕੀ ਉਹ ਮੈਂ ਭੁੱਲੇ ਨਹੀਂ ਹੈਗੀ ਮੈਂ ਮੇਕ ਸ਼ੋਰ ਕਰ ਰਹੀ ਸੀ ਯੂ ਨੋ ਓਕੇ ਸੋ ਉਹਨਾਂ ਨੂੰ ਗਾਰਨਿਸ਼ ਕਰਾਂਗੇ ਅਸੀਂ ਯੈਸ ਰੈਸਿਪੀ ਦੇ ਵਿੱਚ ਓਕੇ ਸੋ ਅਸੀਂ ਟੇਸਟਿੰਗ ਐਂਡ ਖਾਣੇ ਦੇ ਬਹੁਤ ਹੀ ਜ਼ਿਆਦਾ ਕਰੀਬ ਆ ਚੁੱਕੇ ਹਾਂ ਸੋ ਬਹੁਤ ਹੀ ਸੋਹਣੀ ਡਿਸ਼ ਦੇ ਵਿੱਚ ਪ੍ਰੈਜੈਂਟ ਕੀਤਾ ਗਿਆ ਹੈ ਐਂਡ ਗੈਸਟ ਨੂੰ ਤੁਸੀਂ ਇੱਦਾਂ ਲਿਜਾ ਕੇ ਖਿਲਾਓ ਤਾਂ ਗੈਸਟ 'ਤੇ ਇੰਪ੍ਰੈਸ ਹੋਏਗਾ ਹੀ ਐਂਡ ਜਲਦੀ ਜਲਦੀ ਮਨੀਸ਼ਾ ਜੀ ਜਿਹੜਾ ਧਨੀਆ ਉਹ ਕੱਟ ਰਹੇ ਨੇ ਐਂਡ ਕੱਟ ਵੀ ਲਿਆ ਐਂਡ ਗਾਰਨਿਸ਼ ਵੀ ਕਰਤਾ ਇੰਜੋਏ ਓਕੇ ਸੋ ਸਾਡੀ ਰੈਸਿਪੀ ਤਿਆਰ ਹੈ ਮਸ਼ਰੂਮ ਐਕਸਪ੍ਰੈਸ ਸੋ ਸਾਡੀ ਇਹ ਬਿਊਟੀਫੁਲ ਜਿਹੜੀ ਡਿਸ਼ ਹੈ ਇਹ ਰੈਡੀ ਹੈ ਔਰ ਮੈਂ ਵੀ ਰੈਡੀ ਹਾਂ ਇਹਨੂੰ ਅਟੈਕ ਕਰਨ ਲਈ ਸੋ ਮਨੀਸ਼ਾ ਜੀ ਮੈਂ ਚਾਹੁੰਦੀ ਹਾਂ ਵੀ ਤੁਸੀਂ ਵੀ ਮੇਰੇ ਨਾਲ ਟੇਸਟ ਕਰੋ ਐਂਡ ਅਸੀਂ ਇਕੱਠੇ ਬਾਈਟ ਲੈਂਦੇ ਹਾਂ ਦੇਖਦੇ ਕਿੱਦਾਂ ਦਾ ਬਣਿਆ ਹਲਵਾਈ ਕਹਿੰਦੇ ਨੇ ਆਪਣਾ ਖਾਣਾ ਨਹੀਂ ਖਾਣਾ ਹਲਵਾਈ ਤੁਸੀਂ ਕੋ ਖਾਂਦੇ ਆ ਉਹਨਾਂ ਨੇ ਟੇਸਟ ਕਰਨਾ ਹੁੰਦਾ ਹੈ ਔਰ ਜਦੋਂ ਬਣਾਉਂਦੇ ਹੁੰਦੇ ਨਾ ਉਦੋਂ ਯੂਜੁਅਲੀ ਟੇਸਟ ਕਰਦੇ ਆ ਪਰ ਚਲੋ ਤੁਸੀਂ ਮੇਰੇ ਨਾਲ ਕਰ ਲਓ ਅੱਜ ਟੇਸਟ ਸੋ ਐਕਚੁਲੀ ਲਾਈਕ ਮੈਨੂੰ ਇੰਡੋ ਚਾਈਨੀਜ਼ ਕੁਜ਼ੀਨ ਦਾ ਚੇਤਾ ਆ ਰਿਹਾ ਜਿੱਦਾਂ ਕਿ ਮੈਂ ਪਹਿਲਾਂ ਕਿਹਾ ਸੀ ਬਿਲਕੁਲ ਉੱਦਾਂ ਹੀ ਹੈ ਐਂਡ ਮਸ਼ਰੂਮਸ ਦਾ ਟੈਕਸਚਰ ਜਿਹੜਾ ਡਿਫਰੈਂਟ ਹੈ ਯੂਜਲੀ ਅਸੀਂ ਮਸ਼ਰੂਮਸ ਆਪਣੀ ਡਾਇਟ ਦੇ ਵਿੱਚ ਲੈਂਦੇ ਨਹੀਂ ਬਟ ਐਕਚੁਲੀ ਬਹੁਤ ਹੀ ਗੁੱਡ ਹੈ ਲਾਈਕ ਸੋਫਟ ਐਂਡ ਟੈਂਡਰ ਲਾਈਕ ਮੈਂ ਜ਼ਰੂਰ ਰੈਕਮੈਂਡ ਕਰੂੰਗੀ ਇਹ ਰੈਸਪੀ ਕਿਉਂਕਿ ਪਹਿਲਾਂ ਤਾਂ ਇਹ ਹੈਲਥੀ ਹੈ ਐਂਡ ਟੇਸਟ ਵਿੱਚ ਬਹੁਤ ਗੁੱਡ ਹੈ ਐਂਡ ਕੁਛ ਇਹਦੇ ਵਿੱਚ ਡੀਪ ਫਰਾਈ ਨਹੀਂ ਕੀਤਾ ਹੋਇਆ ਐਂਡ ਜ਼ਿਆਦਾ ਮਸਾਲੇ ਨਹੀਂ ਹੈ ਬਸ ਸੌਸਿਸ ਨੇ ਸੋ ਥੈਂਕ ਯੂ ਮਨੀਸ਼ਾ ਜੀ ਹੁਣ ਅਸੀਂ ਆਪਣੀ ਅਗਲੀ ਰੈਸਿਪੀ ਬਣਾਵਾਂਗੇ ਸੋ ਪਹਿਲਾਂ ਅਸੀਂ ਇਹਨੂੰ ਫਿਨਿਸ਼ ਕਰ ਲਈਏ ਐਂਡ ਦੈਨ ਅਸੀਂ ਮਿਲਦੇ ਹਾਂ ਦੂਜੀ ਰੈਸਿਪੀ ਦੇ ਨਾਲ ਸਾਂਝੀ ਸੋਚ ਸਾਂਝਾ ਸੁਨੇਹਾ ਹਰ ਸ਼ਨਿਚਰਵਾਰ ਰਾਤ 8 ਵਜੇ ਓਨਲੀ ਔਨ ਚੱਕ ਦੇ ਟੀਵੀ ਸੋ ਹੁਣ ਅਸੀਂ ਆਪਣੀ ਜਿਹੜੀ ਸੈਕਿੰਡ ਡਿਸ਼ ਹੈ ਅਮੀਰ ਪਨੀਰ ਉਹ ਬਣਾਉਣ ਜਾ ਰਹੇ ਹਾਂ ਸੋ ਪਹਿਲਾਂ ਤਾਂ ਜਿਹੜਾ ਮਸ਼ਰੂਮ ਐਕਸਪ੍ਰੈਸ ਸੀ ਉਹ ਤਾਂ ਬਹੁਤ ਹੀ ਯਮੀ ਐਂਡ ਫਾਸਟ ਰੈਸਿਪੀ ਸੀ ਇਹ ਵੀ ਉੱਦਾਂ ਹੀ ਹੈ ਵੈਰੀ ਵੈਰੀ ਫਾਸਟ ਜੀ ਓਕੇ ਕਹਿੰਦੇ ਆ ਅੱਜ ਕੱਲ੍ਹ ਦਾ ਵਰਲਡ ਇੱਦਾਂ ਦਾ ਘੱਟ ਟਾਈਮ ਹੈ ਸਭ ਕੁਝ ਫਾਸਟ ਹੁੰਦਾ ਸੋ ਤੁਸੀਂ ਇਨਗਰੀਡੀਐਂਟਸ ਦੇ ਗੋ ਥਰੂ ਕਰੋ ਹਾਂਜੀ ਇਨਗਰੀਡੀਐਂਟਸ ਮੈਂ ਯੂਜ਼ ਕਰ ਰਹੀ ਹੂੰ ਕੀ ਕਹਿੰਦੇ ਆ ਪਨੀਰ ਹੈ ਆਮ ਹਾਊਸ ਹੋਲਡ ਚ ਆਪਾਂ ਬਹੁਤ ਜ਼ਿਆਦਾ ਵੈਜੀਟੇਰੀਅਨਸ ਬਹੁਤ ਜ਼ਿਆਦਾ ਲਾਈਕ ਕਰਦੇ ਹਾਂ ਆਪਾਂ ਐਂਡ ਪੰਜਾਬੀ ਤਾਂ ਹੁੰਦੇ ਹੀ ਪਨੀਰ ਲਵਰਸ ਨੇ ਆਈ ਨੋ ਬੱਚੇ ਸਪੈਸ਼ਲੀ ਹਾਂਜੀ ਬੱਚੇ ਸਪੈਸ਼ਲੀ ਯਾ ਸੋ ਆਪਾਂ ਪਨੀਰ ਯੂਜ਼ ਕਰ ਰਹੇ ਹਾਂ ਗ੍ਰੀਨ ਪੈਪਰਸ
ਕੈਪਸੀਕਮ ਕਹਿੰਦੇ ਹੁੰਦੇ ਸੀ ਆਪਾਂ ਹਾਂਜੀ ਕੈਪਸੀਕਮ ਹਾਂਜੀ ਇੱਥੇ ਗ੍ਰੀਨ ਪੈਪਰਸ ਕਹਿੰਦੇ ਇੱਥੇ ਗ੍ਰੀਨ ਪੈਪਰਸ ਯੂਜ਼ ਕਰ ਰਹੇ ਤਾਂ ਅਨੀਅਨਸ ਹਾਂਜੀ ਉਸ ਤੋਂ ਨੈਕਸਟ ਇੰਗਰੀਡੀਐਂਟ ਹੈ ਸਾਡਾ ਸਾਵਰ ਕ੍ਰੀਮ ਸਾਰੇ ਆਈ ਮੀਨ ਗ੍ਰੋਸਰੀ ਸਟੋਰਸ ਤੇ ਮਿਲ ਜਾਂਦਾ ਸਾਵਰ ਕ੍ਰੀਮ ਵੈਰੀ ਵੈਰੀ ਇਜ਼ੀਲੀ ਤਾਂ ਘਰ ਬਣਾਉਣ ਦੀ ਕੋਈ ਲੋੜ ਨਹੀਂ ਹੈ ਤੁਹਾਨੂੰ ਬਸ ਇਹ ਬਣ ਸਕਦਾ ਜੇ ਬਣਾਉਣਾ ਚਾਹੋ ਬਣ ਸਕਦਾ ਹਾਂਜੀ ਹੋਮੋ ਮਿਲਕ ਦਾ ਬਟ ਅਸੀਂ ਤਾਂ ਸਟੋਰ ਤੋਂ ਬਾਈ ਕੀਤਾ ਕਿਉਂਕਿ ਅਸੀਂ ਫਾਸਟ ਐਂਡ ਈਜ਼ੀ ਰੈਸਿਪੀ ਬਣਾ ਰਹੇ ਹਾਂ ਓਕੇ ਤਾਂ ਇਹ ਹੈ ਜਿੰਜਰ ਗਾਰਲਿਕ ਗਰਮ ਮਸਾਲਾ ਤੇ ਥੋੜੀ ਜਿਹੀ ਹਲਦੀ ਮਿਕਸ ਕੀਤੀ ਹੋਈ ਹੈ ਹਾਂਜੀ ਇਹ ਮੈਂ ਚੁਕੰਦਰ ਯੂਜ਼ ਕੀਤਾ ਥੋੜਾ ਜੂਲੀਅਨ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕੱਟੇ ਹੋਏ ਆ ਬਰੀ ਬਰੀ ਐਂਡ ਜਿੰਜਰ ਤੇ ਇਹ ਥੋੜਾ ਜਿਹਾ ਧਨੀਆ ਹਰਾ ਧਨੀਆ ਹਰਿਆ ਧਨੀਆ ਤੋਂ ਬਾਅਦ ਉਸ ਤੋਂ ਬਿਨਾਂ ਤਾਂ ਸਾਡੀ ਡਿਸ਼ ਜਿਹੜੀ ਆ ਉਹ ਅਧੂਰੀ ਰਹਿ ਜਾਂਦੀ ਹੈ ਜੇ ਅਸੀਂ ਪੰਜਾਬੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਹਾਂ ਸੋ ਚਲੋ ਹੁਣ ਸਾਡਾ ਅਗਲਾ ਸਟੈਪ ਕੀ ਹੈ ਇਹਦਾ ਸਟੈਪ ਜੀ ਸਾਰਾ ਬਹੁਤ ਇੱਕ ਵਾਰੀ ਬਸ ਓਨਾ ਹੀ ਟਾਈਮ ਲੱਗਦਾ ਕਿ ਤੁਸੀਂ ਇੰਗਰੀਡੀਐਂਟਸ ਇਕੱਠੇ ਕਰਨੇ ਆ ਵਾਂਸ ਤੁਹਾਡੇ ਇੰਗਰੀਡੀਐਂਟ ਇਕੱਠੇ ਹੋ ਗਏ ਆ ਫਿਰ ਕੀ ਕਹਿੰਦੇ ਕੋਈ ਟਾਈਮ ਨਹੀਂ ਲੱਗਣਾ ਓਕੇ ਹਾਂਜੀ ਮੈਂ ਪਨੀਰ ਰਿਸਟ ਪਾ ਲਿੱਤਾ ਤੁਸੀਂ ਦੇਖੋਗੇ ਮੈਂ ਥੋੜੀ ਜਿਹੀ ਡਿਸ਼ ਜਿਹੜੀ ਆ ਵੱਡੀ ਲਿੱਤੀ ਹੋਈ ਆ ਓਕੇ ਯਾ ਬਿਕੋਜ਼ ਇੰਨਾ ਇੰਗਰੀਡੀਐਂਟਸ ਹੈ ਨਹੀਂ ਬਟ ਵੱਡੀ ਡਿਸ਼ ਲਿੱਤੀ ਬਿਕੋਜ਼ ਜਦੋਂ ਇਹਨੂੰ ਬੇਕ ਕਰਨ ਰੱਖਾਂਗੇ ਆਪਾਂ ਜੀ ਦੈਨ ਇਟ ਨੀਡਸ ਲੋਟਸ ਆਫ ਹੀਟ ਓਕੇ ਵਿਦ ਇਨ ਆਈ ਮੀਨ ਇੱਕ ਇੱਕ ਸਿੰਗਲ ਪੀਸ ਨੂੰ ਹੀਟ ਚਾਹੀਦੀ ਹੈ ਓਕੇ ਹਾਂਜੀ ਤਾਂ ਆਪਾਂ ਇਹਨੂੰ ਸਪਰੈਡ ਆਊਟ ਕਰਨ ਲਈ ਵੱਡੀ ਡਿਸ਼ ਲੈ ਲਿੱਤੀ ਆ ਤੇ ਪਹਿਲਾਂ ਤਾਂ ਥੋੜੀ ਜਿਹੀ ਪਨੀਰ ਦੇ ਬੈਨੀਫਿਟਸ ਦੱਸੋ ਪਨੀਰ ਜੀ ਬੈਨੀਫਿਟਸ ਨਾਲ ਭਰਿਆ ਪਿਆ ਪਨੀਰ ਹੈ ਨਾ ਕੀ ਕਹਿੰਦੇ ਕੈਲਸੀਅਮ ਦਾ ਬਹੁਤ ਵੱਡਾ ਸੋਰਸ ਹੈ ਜਿੱਦਾਂ ਬੱਚੇ ਸਾਡੇ ਦੁੱਧ ਨਹੀਂ ਪੀਂਦੇ ਹੈ ਜਿੱਦਾਂ ਆਪਾਂ ਪਨੀਰ ਬਹੁਤ ਵਧੀਆ ਖਾ ਲੈਂਦੇ ਹਾਂ ਇਟਸ ਅ ਗੁੱਡ ਆਲਟਰਨੇਟਿਵ ਹਾਂਜੀ ਬਿਲਕੁਲ ਹਾਂਜੀ ਪ੍ਰੋਟੀਨਸ ਹੈ ਫੁੱਲ ਆਫ ਪ੍ਰੋਟੀਨਸ ਯਾ ਪਰ ਆਪਾਂ ਜ਼ਿਆਦਾ ਵੀ ਆਈ ਮੀਨ ਬੱਚਿਆਂ ਨੂੰ ਆਈ ਮੀਨ ਹੋਰ ਬੱਚਿਆਂ ਲਈ ਵਧੀਆ ਯਾ ਅਸੀਂ ਜੇ ਥੋੜਾ ਅਵੋਇਡ ਕਰੀਏ ਤਾਂ ਠੀਕ ਹੈ ਬਟ ਇਹ ਸਾਡੇ ਲਈ ਵੀ ਗੁੱਡ ਹੈ ਆਈ ਥਿੰਕ ਬੋਨਸ ਲਈ ਗੁੱਡ ਹੈ ਬੇਸਿਕ ਐਕਸੈਸ ਆਫ ਐਵਰੀਥਿੰਗ ਇਜ਼ ਬੈਡ ਰਾਈਟ ਥੋੜੀ ਥੋੜੀ ਚੀਜ਼ ਚ ਸਾਰੀ ਚੀਜ਼ਾਂ ਖਾਈ ਜਾਣ ਤਾਂ ਬਹੁਤ ਵਧੀਆ ਕਰਦੇ ਖਾਣਾ ਸਾਰਾ ਕੁਝ ਖਾਓ ਬਟ ਯੂ ਨੋ ਥੋੜਾ ਲਿਮਿਟ ਦੇ ਵਿੱਚ ਬਿਲਕੁਲ ਹਾਂਜੀ ਬਿਲਕੁਲ ਓਕੇ ਸੋ ਅਗਲਾ ਸਟੈਪ ਕੀ ਹੈ ਅਗਲਾ ਸਟੈਪ ਹੈ ਜੀ ਕੁਝ ਇਹਦੇ ਵਿੱਚ ਕੋਈ ਸਟੈਪ ਨਹੀਂ ਹੈ ਕੋਈ ਫਰਸਟ ਸੈਕਿੰਡ ਥਰਡ ਸਟੈਪ ਨਹੀਂ ਹੈ ਜਿਹੜਾ ਮਰਜ਼ੀ ਸਟੈਪ ਤੁਸੀਂ ਜਿਸ ਮਰਜ਼ੀ ਟਾਈਮ ਤੇ ਯੂਜ਼ ਕਰ ਸਕਦੇ ਹੋ ਓਕੇ ਸੋ ਸਾਰਾ ਰਾਈਟ ਸੋ ਇਟਸ ਵੈਰੀ ਵੈਰੀ ਈਜ਼ੀ ਟੇਕ ਇਟ ਈਜ਼ੀ ਕੋਈ ਇਹ ਨਹੀਂ ਕਿ ਆਹ ਪਹਿਲੇ ਪਾਣੀ ਹੈ ਦੂਜੇ ਪਾਣੀ ਤੀਜੀ ਪਾਣੀ ਹੈ ਤੁਸੀਂ ਆਪਣਾ ਜਦ ਮਰਜ਼ੀ ਜਿਹੜੀ ਵੀ ਚੀਜ਼ ਪਾ ਸਕਦੇ ਹੋ ਓਕੇ ਆਹ ਹੈ ਗ੍ਰੀਨ ਪੈਪਰ ਜੀ ਤੇ ਇਹ ਥੋੜੇ ਜਿਹੇ ਆਪਾਂ ਵੱਡੇ ਵੱਡੇ ਕੱਟਣੇ ਆ ਰਾਈਟ ਤਾਂ ਸਕੁਆਇਰ ਪੀਸਿਸ ਕੱਟਣੇ ਆ ਹਾਂਜੀ ਉਹ ਆਈ ਮੀਨ ਕਰੰਚ ਉਹਦਾ ਜਿਹੜਾ ਬਰਕਰਾਰ ਰਹੇ ਜਦੋਂ ਆਪਾਂ ਬੇਕ ਕਰੀਏ ਓਕੇ ਤਾਂ ਹੁਣ ਆਪਾਂ ਇਹ ਸਾਰੇ ਪੀਸਿਸ ਵਿੱਚ ਪਾ ਦਿੰਦੇ ਹਾਂ ਓਕੇ ਇਹ ਦੋ ਸੀਗੀਆਂ ਗ੍ਰੀਨ ਪੈਪਰਸ ਓਕੇ ਦੋ ਗ੍ਰੀਨ ਪੈਪਰਸ ਦੋ ਗ੍ਰੀਨ ਪੈਪਰਸ ਦੇਅਰ ਵੀ ਗੋ ਓਕੇ ਐਂਡ ਨੈਕਸਟ ਇਜ਼ ਦਿਸ ਅਨੀਅਨ ਆ ਤੁਸੀਂ ਦੇਖੋਗੇ ਅਨਯੂਜੁਅਲ ਤਰੀਕੇ ਨਾਲ ਅਨੀਅਨਸ ਪਏ ਆ ਰਾਈਟ ਇਹਨੂੰ ਮੈਂ ਇਸ ਤਰ੍ਹਾਂ ਨਹੀਂ ਪਾਣੇ ਬਟ ਕੀ ਕਹਿੰਦੇ ਇਹਨੂੰ ਆਪਾਂ ਪੀਲ ਕੀਤਾ ਇੱਕ ਇੱਕ ਛਿਲਕਾ ਲਾਇਆ ਓਕੇ ਇਹਦਾ ਹਾਂਜੀ ਤਾਂ ਇਹਨੂੰ ਮੈਂ ਕਰ ਦਿੰਦੀ ਮੈਂ ਤੁਹਾਡੀ ਹੈਲਪ ਕਰ ਦਿੰਦੀ ਹਾਂ ਮੈਂ ਇੱਥੇ ਕੋਲ ਹੀ ਖੜੀ ਆ ਯਾ ਗੋ ਅਹੈਡ ਸੋ ਇਹਨੂੰ ਵੀ ਇਦਾਂ ਸਕੁਆਇਰਸ ਵਾਂਗੂ ਹੀ ਕੱਟਣਾ ਹਾਂਜੀ ਇਹਨੂੰ ਕੀ ਕਹਿੰਦੇ ਤੁਸੀਂ ਯਾ ਇਹਦੇ ਚਾਰ ਪੀਸਿਸ ਕਰ ਸਕਦੇ ਓਕੇ ਚਾਰ ਪੀਸਿਸ ਕਰ ਸਕਦੇ ਆਈ ਨੋ ਸੋ ਜਿਹੜਾ ਹਾਂਜੀ ਮੈਂ ਕਹਿ ਰਹੀ ਸੀਗੀ ਜਿਹੜਾ ਅਨੀਅਨ ਹੈ ਬਸ ਉਹਨੂੰ ਪੀਲ ਕਰਕੇ ਉਹਦੀ ਜਿਹੜੀ ਲੇਅਰਸ ਹੈ ਉਹਦੀ ਇੱਕ ਇੱਕ ਲੇਅਰ ਅਸੀਂ ਸੈਪਰੇਟ ਕਰ ਲਈ ਐਂਡ ਦੈਨ ਬਸ ਉਹਨੂੰ ਇਦਾਂ ਸਕੁਆਇਰਸ ਦੇ ਵਿੱਚ ਹਾਂਜੀ ਕੱਢ ਲਿਆ ਆ ਲੇਅਰਸ ਤੋਂ ਮੈਨੂੰ ਯਾਦ ਆ ਗਿਆ ਕੀ ਕਹਿੰਦੇ ਆ ਕਿਸੇ ਨੇ ਕਿਹਾ ਸੀ ਦੋ ਤਰ੍ਹਾਂ ਦੇ ਇਨਸਾਨ ਹੁੰਦੇ ਹਨ ਹਾਂਜੀ ਇੱਕ ਤਾਂ ਜਿਹੜੇ ਕੀ ਕਹਿੰਦੇ ਆ ਪਿਆਜ਼ ਨੂੰ ਹਰ ਲੇਅਰ ਛਿੱਲੀ ਜਾਂਦੇ ਪਿਆਜ਼ ਲੱਭਣ ਲਈ ਵੀ ਪਿਆਜ਼ ਹੈਗਾ ਕਿੱਥੇ ਹੈ ਤੇ ਇੱਕ ਇੱਦਾਂ ਦੇ ਬੰਦੇ ਹੁੰਦੇ ਆ ਜਿਹੜੇ ਪਹਿਲੀ ਲੇਅਰ 'ਚ ਕਹਿ ਦਿੰਦੇ ਆ ਵੀ ਹਾਂ ਪਿਆਜ਼ ਹੈ ਹਾਂਜੀ ਬਿਲਕੁਲ ਪਿਆਜ਼ ਜੋ ਕਿ ਰਵਾਉਂਦਾ ਵੀ ਬਹੁਤ ਹੈ ਬਟ ਖਾਣ ਦੇ ਵਿੱਚ ਵੀ ਬਹੁਤ ਹੀ ਟੇਸਟੀ ਹੁੰਦਾ ਔਰ ਪੰਜਾਬੀਆਂ ਨੂੰ ਤਾਂ ਹਾਂਜੀ ਪਿਆਜ਼ ਤਾਂ ਚਾਹੀਦਾ ਹੈ ਹਰੇਕ ਦੇ ਨਾਲ ਸੈਲਡ ਹੋਵੇ ਕੁਛ ਵੀ ਹੋਵੇ ਬਸ ਪਿਆਜ਼ ਤਾਂ ਚਾਹੀਦਾ ਹੀ ਚਾਹੀਦਾ ਹੈ ਬਟ ਗੁੱਡ ਹੈ ਐਟ ਲੀਸਟ ਸਾਡੇ ਜਿਹੜੀ ਹੈਗੀ ਅਸੀਂ ਕੁਝ ਰਿਲੇਟ ਕਰ ਸਕਦੇ ਹਾਂ ਆਪਣੀ ਇੰਡੀਅਨ ਕੁਕਿੰਗ ਨੂੰ ਹਾਂਜੀ ਤੇ ਆਪਾਂ ਰੈਡ ਪਿਆਜ਼ ਯੂਜ਼ ਕੀਤੇ ਹਾਂ ਇਸ ਚ ਹਾਂਜੀ ਇਹਦੇ ਰੈਡ ਪਿਆਜ਼ ਥੋੜਾ ਅਲੱਗ ਫਲੇਵਰ ਹੁੰਦਾ ਤਾਂ ਟਰਾਈ ਕਰੋ ਜੇ ਨਹੀਂ ਹੈ ਤਾਂ ਤੁਸੀਂ ਆਈ ਮੀਨ ਵਾਈਟ ਵਾਲੇ ਯੂਜ਼ ਕਰ ਸਕਦੇ ਹੋ ਬਟ ਅਗਰ ਹੈਗੇ ਹਨ ਤਾਂ ਰੈਡ ਆਈ ਮੀਨ ਜ਼ਿਆਦਾ ਫਲੇਵਰਫੁੱਲ ਹੈ ਓਕੇ ਐਂਡ ਰੈਡ ਪਿਆਜ਼ ਜ਼ਿਆਦਾ ਮਿੱਠੇ ਹੁੰਦੇ ਨੇ ਕਿ ਵਾਈਟ ਯੂ ਨੋ ਇਟ ਡਿਪੈਂਡਸ ਕਈ ਕਹਿੰਦੇ ਆ ਰੈਡ ਹੁੰਦੇ ਆ ਪਰ ਇਹਦਾ ਫਲੇਵਰ ਮੈਨੂੰ ਪਤਾ ਕਿ ਆਈ ਮੀਨ ਅਲੱਗ ਅਲੱਗ ਫਲੇਵਰਸ ਅਸੀਂ ਯੂਜਲੀ ਦੇਖਿਆ ਜਿਹੜਾ ਰੈਡ ਪਿਆਜ਼ ਹੈ ਇਹ
ਜਿੱਦਾਂ ਇੰਡੋ ਚਾਈਨੀਜ਼ ਕੁਕਿੰਗ 'ਚ ਜ਼ਿਆਦਾ ਯੂਜ਼ ਹੁੰਦਾ, ਜਿਹੜੀ ਅਸੀਂ ਆਪਣੀ ਆਮ ਸਬਜ਼ੀ ਬਣਾਉਂਦੇ ਹਾਂ ਉਹਦੇ 'ਚ ਵਾਈਟ ਪਿਆਜ਼ ਹੁੰਦਾ ਯੂਜ਼। ਉਹ ਐਕਚੁਅਲੀ ਤੜਕਾ ਭੁੰਨਦੇ ਹਾਂ ਆਪਾਂ ਕਿ ਤੜਕਾ ਕਾਲਾ ਹੋ ਜਾਂਦਾ ਲਾਲ ਪਿਆਜ਼ਾਂ ਦਾ, ਰਾਈਟ? ਅਤੇ ਉਹ ਚਿੱਟੇ ਪਿਆਜ਼ਾਂ ਨਾਲ ਤੜਕਾਇਆ ਐਨ ਹਰਾ ਭਰਾ ਰਹਿੰਦਾ, ਇਸ ਲਈ ਆਪਾਂ ਚਿੱਟੇ ਪਿਆਜ਼ ਯੂਜ਼ ਕਰਦੇ ਹਾਂ। ਹਾਂਜੀ, ਓਕੇ। ਸੋ ਆਪਾਂ ਨੈਕਸਟ ਸਟੈਪ 'ਤੇ ਚੱਲੀਏ। ਹਾਂਜੀ ਬਿਲਕੁਲ। ਹਾਂਜੀ, ਹੁਣ ਆਪਾਂ ਇਸ 'ਚ ਪਾ ਸਕਦੇ ਹਾਂ ਸਾਵਰ ਕਰੀਮ, ਥੋੜ੍ਹੀ ਮੈਮਰੀ ਟੈਸਟ ਕਰ ਸਾਵਰ ਕਰੀਮ। ਓਕੇ, ਇਹ ਮੈਂ ਲਿੱਤੇ ਹੈ 2 ਫੁੱਲ ਸਕੂਪ। ਓਕੇ, ਪੈਚਨ ਦੇ। ਓਕੇ, ਐਂਡ ਦਿਸ ਇਜ਼ ਹੈਲਥੀ ਟੂ। ਇਹਦਾ ਫੈਟ ਕੰਟੈਂਟ 0% ਵੀ ਮਿਲ ਜਾਂਦੇ ਹੈ ਅਤੇ 14% ਵੀ ਮਿਲ ਜਾਂਦੇ ਹੈ, ਤਾਂ ਤੁਸੀਂ 0% ਲੈ ਸਕਦੇ ਹੋ ਅਗਰ ਤੁਸੀਂ ਆਈ ਮੀਨ ਫੈਟ ਕੌਨਸ਼ੀਅਸ ਹੋ। ਤਾਂ ਸੇਮ ਇਜ਼ ਵਿਦ ਕਰੀਮ ਚੀਜ਼, ਫੈਟ ਆਈ ਮੀਨ ਕੌਨਸ਼ੀਅਸ ਹੋ ਤੁਸੀਂ, 0% ਡਿਫਰੈਂਟ ਕਾਈਂਡ ਆਫ ਫੈਟ ਕੰਟੈਂਟ ਵਾਲਾ ਚੀਜ਼ ਆਉਂਦਾ ਹੈ। ਯੂਜਲੀ ਅਸੀਂ ਟਰਾਈ ਕਰਦੇ ਹਾਂ ਕਿ 0% ਵਾਲਾ ਲਈਏ, ਕਿਉਂਕਿ ਹਾਂਜੀ ਨਿਊਟ੍ਰੀਐਂਟਸ ਉਹਦੇ 'ਚ ਉਨੇ ਹੀ ਹੁੰਦੇ ਨੇ, ਬਸ ਫੈਟ ਘੱਟ ਹੁੰਦੀ ਹੈ। ਪਰ ਜੇ ਤੁਸੀਂ ਬੱਚਿਆਂ ਨੂੰ ਦੇਣਾ ਹੈ ਮੋਸਟਲੀ, ਫਿਰ ਤੁਸੀਂ ਫੈਟ ਵਾਲਾ ਯੂਜ਼ ਕਰ ਸਕਦੇ ਹੋ, ਕਿਉਂਕਿ ਬੱਚੇ ਤਾਂ ਸਭ ਕੁਛ ਹੀ ਖਾ ਸਕਦੇ ਨੇ। ਇਹ ਮੇਰਾ ਸੀਕਰੇਟ ਇੰਗਰੀਡੀਐਂਟ ਹੈ ਜੀ। ਓਕੇ ਓਕੇ, ਸੋ ਇਹ ਕਰੀਮ ਚੀਜ਼ ਜਿਹੜਾ ਇਹ ਸਾਡਾ ਹੈਗਾ ਮੇਨ ਇੰਗਰੀਡੀਐਂਟ ਅਮੀਰ ਪਨੀਰ ਦੇ ਵਿੱਚ, ਔਰ ਇਹ ਸੀਕਰੇਟ ਹੈ। ਇਹ ਹੁਣ ਸਾਰਿਆਂ ਨੂੰ ਪਤਾ ਲੱਗ ਗਿਆ, ਮੇਰੇ ਸਾਰੇ ਫਰੈਂਡਸ ਹੁਣ ਸਾਰਿਆਂ ਨੂੰ ਪਤਾ ਲੱਗ ਗਿਆ, ਹੁਣ ਸੀਕਰੇਟ ਨਹੀਂ ਰਿਹਾ, ਹੁਣ ਇਹ ਸੀਕਰੇਟ ਨਹੀਂ ਰਿਹਾ। ਓਕੇ, ਸਾਰੇ ਕਹਿੰਦੇ ਉਹ ਪਨੀਰ ਜਿਹੜਾ ਬਣਾਉਂਦੇ ਹੋ ਉਹ ਬਹੁਤ ਸੌਫਟ ਕਰੀਮੀ ਹੁੰਦਾ, ਉਹਦਾ ਰਾਜ਼ ਕੀ ਹੈ? ਹੁਣ ਆ ਰਾਜ਼ ਚੀਜ਼, ਆਈ ਥਿੰਕ ਸਾਵਰ ਕਰੀਮ ਵੀ ਇੱਕ ਥੋੜ੍ਹਾ ਐਲੀਮੈਂਟ ਪਲੇ ਕਰਦੀ ਸੌਫਟਨੈਸ ਦੇਣ ਦੇ ਵਿੱਚ। ਹਾਂਜੀ, ਕਿਉਂਕਿ ਮੈਂ ਕਈ ਵਾਰ ਦੇਖਿਆ ਜਿਹੜੀ ਅਸੀਂ ਕਈ ਵਾਰ ਡੋਜ਼ ਬਣਾਉਂਦੇ ਨੇ ਆਪਣੀ ਵੈਸਟਰਨ ਕੁਕਿੰਗ ਦੇ ਵਿੱਚ, ਉਹਦੇ 'ਚ ਮਾੜੀ ਜਿਹੀ ਸਾਵਰ ਕਰੀਮ ਪਾ ਦਿਉ ਨਾ, ਉਹ ਬਹੁਤ ਹੀ ਸੌਫਟ ਐਂਡ ਟੈਂਡਰ ਹੋ ਜਾਂਦਾ। ਐਗਜ਼ੈਕਟਲੀ, ਯਾ। ਓਕੇ, ਆ ਹੁਣ ਆਪਾਂ ਕੀ ਕਹਿੰਦੇ ਹਾਂ, ਗਾਰਲਿਕ, ਜਿੰਜਰ ਅਤੇ ਗ੍ਰੀਨ ਚਿਲੀਜ਼ ਦੀ ਆਪਾਂ ਕੀ ਕਹਿੰਦੇ ਹਾਂ, ਜੋ ਕਿ ਅਸੀਂ ਹੈਂਡੀ ਡੈਂਡੀ ਦੇ ਨਾਲ ਐਗਜ਼ੈਕਟਲੀ ਕੀਤਾ ਸੀਗਾ, ਯਾ। ਅਤੇ ਉਹ ਆਪਾਂ ਹੁਣ ਪਾ ਦਾਂਗੇ, ਇਹਦੇ ਵਿੱਚ ਵੀ ਆਪਾਂ ਲਗਜ਼ੂਰੀਅਸ ਅਮਾਊਂਟ ਪਾ ਦਿੰਦੇ ਹਾਂ ਤਾਂ ਕਿ ਖੂਬ ਅੱਛਾ ਫਲੇਵਰ ਆਏ। ਖੂਬ ਸਾਰਾ, ਖੂਬ ਸਾਰਾ, ਡਰੋ ਨਹੀਂ ਕਿ ਇੰਨਾ ਜ਼ਿਆਦਾ ਹੈ, ਔਰ ਵੈਸੇ ਵੀ ਹੈਲਥੀ ਹੈ, ਇਹ ਵੈਜੀਟੇਬਲ ਹੈ, ਔਰ ਜਿੰਨੀ ਜ਼ਿਆਦਾ ਖਾਓਗੇ ਉਨੀ ਵਧੀਆ। ਬਿਲਕੁਲ, ਐਂਡ ਜਿੰਜਰ ਮੈਂ ਸੁਣਿਆ ਗਲੇ ਵਾਸਤੇ ਬਹੁਤ ਵਧੀਆ ਹੁੰਦੀ ਹੈ। ਹਾਂਜੀ, ਸੋ ਜੇ ਤੁਹਾਨੂੰ ਕੌਫ ਜਾਂ ਤੁਹਾਨੂੰ ਖੰਘ ਆਉਂਦੀ ਹੋਵੇ ਜਾਂ ਤੁਹਾਡਾ ਗਲਾ ਸੁੱਕਿਆ ਹੋਵੇ, ਐਂਡ ਜਿੰਜਰ ਗੁੱਡ ਹੁੰਦੀ ਹੈ। ਬਿਲਕੁਲ, ਜਿੰਜਰ ਹਨੀ ਦਾਦੀ ਮਾਂ ਸਾਡੀ ਪਲਾਉਂਦੇ ਹੁੰਦੇ ਸੀਗੇ, ਯਾ। ਇੱਥੇ ਵੀ ਟੀਜ਼ ਬਣਦੀਆਂ ਨੇ ਜਿੰਜਰ ਐਂਡ ਹਨੀ ਦੀ, ਜਦੋਂ ਤੁਹਾਨੂੰ ਫਲੂ ਹੋਇਆ ਹੋਵੇ ਤੁਸੀਂ ਟੀ ਦੇ ਵਿੱਚ ਜਿੰਜਰ। ਪੁਰਾਣਾ ਟਾਈਮ ਆ ਜਾਣਾ ਜਦੋਂ ਕੀ ਕਹਿੰਦੇ ਆ ਦਵਾਈਆਂ ਦਵਾਈਆਂ ਸਭ ਬੰਦ ਹੋ ਜਾਣੀਆਂ ਤੇ ਸਾਰਾ ਕੁਝ ਇਹਦੇ ਨਾਲ ਹੀ ਹੀਲ ਹੋ ਜਾਣਾ ਹੈ। ਮੈਂ ਤਾਂ ਵੇਟ ਕਰ ਰਹੀ ਹਾਂ ਕਿਉਂਕਿ ਜਿੰਨੀਆਂ ਦਵਾਈਆਂ ਅਵੋਇਡ ਕਰੀਏ, ਕਿਉਂਕਿ ਇੱਥੇ ਅਸੀਂ ਸਿਰ ਦੁਖਦਾ ਹੈ, ਚਲੋ ਕੋਈ ਵੀ ਦਵਾਈ ਲੈ ਲਓ, ਕਿਸੇ ਵੀ ਚੀਜ਼ ਲਈ ਸਾਨੂੰ ਐਕਸਕਿਊਜ਼ ਚਾਹੀਦਾ ਹੁੰਦਾ ਦਵਾਈ ਲੈਣ ਦਾ, ਬਟ ਆਈ ਥਿੰਕ ਜਿੰਨੀ ਅਵੋਇਡ ਕੀਤੀ ਜਾਵੇ ਉਨੀ ਵਧੀਆ ਹੁੰਦੀ ਹੈ। ਓਕੇ, ਐਂਡ ਆਪਾਂ ਆਇਲ ਪਾਵਾਂਗੇ, ਥੋੜ੍ਹਾ ਜ਼ਿਆਦਾ ਨਹੀਂ ਪਾਵਾਂਗੇ, ਰਾਈਟ? ਥੋੜ੍ਹਾ ਜਿਹਾ ਇਹਨੂੰ ਹੈਲਥੀ ਰੱਖਦੇ ਹਾਂ, ਥੋੜ੍ਹਾ ਜਿਹਾ ਹੈਲਥੀ ਰੱਖਦੇ ਹਾਂ। ਓਕੇ, ਇਹਦੇ 'ਚ ਪਾਵਾਂਗੇ ਹੁਣ ਆਪਾਂ ਕਸੂਰੀ ਮੇਥੀ, ਥੋੜ੍ਹਾ ਜਿਹਾ ਇੰਡੀਅਨ ਟੱਚ ਦੇ ਦਿਆ। ਓਕੇ, ਸੋ ਕਸੂਰੀ ਮੇਥੀ, ਕਸੂਰੀ ਮੇਥੀ ਪੈ ਗਈ ਜੀ। ਹੁਣ ਆਪਾਂ ਇਹਦੇ 'ਚ ਪਾਵਾਂਗੇ ਗਰਮ ਮਸਾਲਾ ਅਤੇ ਹਲਦੀ ਪਾਊਡਰ। ਓਕੇ, ਇਹ ਵੀ ਥੋੜ੍ਹਾ ਇੰਡੀਅਨ ਟੱਚ ਆ ਗਿਆ ਤੜਕਾ ਸਟਾਈਲ, ਬਿਲਕੁਲ ਹਲਦੀ ਥੋੜ੍ਹਾ ਮਿਕਸ ਕੀਤਾ ਹੋਇਆ। ਓਕੇ, ਇਹ ਪਾ ਕੇ ਇਹ ਸਾਲਟ। ਓਕੇ, ਇਹ ਤਾਂ ਆਫਕੋਰਸ ਸਵਾਦ ਅਨੁਸਾਰ, ਸਵਾਦ ਅਨੁਸਾਰ ਤਾਂ ਸਪ੍ਰਿੰਕਲ। ਹੁਣ ਕੀ ਕਹਿੰਦੇ ਆ, ਉਹ ਹੋ ਗਿਆ ਐਕਸਪੀਰੀਅੰਸ ਦੇ ਨਾਲ ਥੋੜ੍ਹਾ ਜਿਹਾ ਪਤਾ ਲੱਗ ਗਿਆ ਕੀ ਕਹਿੰਦੇ ਆ ਵੀ ਕਿੰਨਾ ਕੁ ਪੈਣੀ ਚਾਹੀਦੀ ਹੈ, ਬਟ ਕਦੇ ਕਦੇ ਐਕਸਪੀਰੀਅੰਸ ਰੋਂਗ ਵੀ ਹੋ ਜਾਂਦਾ। ਵੈਸੇ ਵੀ ਸਾਡੀ ਕਮਿਊਨਿਟੀ 'ਚ ਕੋਈ ਕਦੀ ਮੈਜ਼ਰ ਕਰਕੇ ਨਹੀਂ ਚੀਜ਼ਾਂ ਪਾਉਂਦਾ, ਅਸੀਂ ਉੱਦਾਂ ਹੀ ਮਸਾਲੇ ਉੱਦਾਂ ਹੀ ਪਾ ਦਈਦੇ ਆ ਜਿੱਦਾਂ ਖਾਣੇ ਹੁੰਦੇ ਨੇ। ਹਾਂਜੀ, ਹੁਣ ਬਸ ਲਾਸਟ ਸਟੈਪ ਹੈ ਜੀ ਇਹਦਾ, ਆਪਣੀ ਲਾਸਟ ਤਾਂ ਨਹੀਂ ਹਜੇ, ਬੇਕ ਹੋਣਾ ਹੈ। ਓਕੇ, ਤਾਂ ਕੀ ਕਹਿੰਦੇ ਇਹਨੂੰ ਆਪਾਂ ਅੱਛੀ ਤਰ੍ਹਾਂ ਮਿਕਸ ਕਰ ਲਾਂਗੇ। ਓਕੇ, ਇਹਨੂੰ ਮੈਰੀਨੇਟ ਕਰਨ ਵੀ ਰੱਖਣਾ ਕਿ? ਹਾਂਜੀ, ਅਸੀਂ ਉੱਦਾਂ ਵੀ ਇਹਨੂੰ ਯੂਜ਼ ਕਰ ਸਕਦੇ ਹਾਂ। ਥੋੜ੍ਹਾ ਮੈਰੀਨੇਟ ਕਰੋਗੇ ਬਹੁਤ ਜਲਦੀ ਹੈ, ਗੈਸ ਵੇਟ ਕਰ ਰਹੇ ਹਾਂ, ਰਾਈਟ? ਤਾਂ ਕੀ ਕਹਿੰਦੇ ਹਾਂ, ਫਿਰ ਤਾਂ ਤੁਸੀਂ ਕਦੇ ਵੀ ਕਰ ਸਕਦੇ ਹੋ ਇਹਨੂੰ ਬੇਕ, ਬਟ ਅਗਰ ਇਹਨੂੰ ਰੱਖੋਗੇ ਮੈਰੀਨੇਟ ਕਰੋਗੇ ਤੁਸੀਂ ਐਟਲੀਸਟ ਘੰਟਾ, ਤਾਂ ਇਹ ਜ਼ਿਆਦਾ ਇਹਦੇ ਸਵਾਦ ਜਿਹੜੇ ਆ ਸਾਰੇ ਪਨੀਰ ਦੇ ਅੰਦਰ ਸਾਰੇ ਮਿੰਗਲ ਮਿੰਗਲ ਹੋ ਜਾਣਗੇ ਸਾਰੇ ਪਨੀਰ ਦੇ ਨਾਲ ਮਸਾਲੇ ਸਾਰੇ। ਪਨੀਰ ਵੀ ਇਸ ਤਰ੍ਹਾਂ ਦਾ ਹੈਗਾ ਕਿ ਇਹ ਬਹੁਤ ਇਹ ਵੀ ਸਪੰਜ ਦੀ ਤਰ੍ਹਾਂ ਹੀ ਕੰਮ ਕਰਦਾ, ਜਿੱਦਾਂ ਮਸਾਲੇ ਸਪੰਜ ਦੀ ਤਰ੍ਹਾਂ ਕੰਮ ਕਰਦਾ ਅਤੇ ਸਾਰੇ ਜਿਹੜੇ ਫਲੇਵਰਸ ਆ ਸੋਕ ਕਰ ਲੈਂਦਾ। ਓਕੇ, ਹਾਂਜੀ, ਸੋ ਇੱਕਦਮ ਮਿਕਸ ਹੋ ਗਏ ਨੇ, ਇੱਕਦਮ ਅੱਛੀ ਤਰ੍ਹਾਂ ਮਿਕਸ ਹੋਏ ਨੇ, ਕੀ ਕਹਿੰਦੇ ਆ ਕਰੀਮ ਚੀਜ਼ ਦੇ ਲੰਪਸ ਨਾ ਹੋਣ ਇੱਧਰ ਉੱਧਰ।
ਸੋ ਸਮੈਲ ਆ ਰਹੀ ਹੈ ਮੈਨੂੰ ਆਲਰੇਡੀ ਡਰਾਈ ਸਪਾਈਸਿਸ ਦੀ ਮੇਰੀ ਨੋਜ਼ ਸੈਂਸ ਬਹੁਤ ਤੇਜ਼ ਆ ਮੈਂ ਜਦ ਦੇਖੋ ਮੈਨੂੰ ਸਮੈਲ ਹੀ ਆਉਂਦੀ ਰਹਿੰਦੀ ਹੈ ਭਾਵੇਂ ਕੁਛ ਬਣਿਆ ਹੋਵੇ ਨਾ ਹੋਵੇ ਗੁੱਡ ਸੋ ਚਲੋ ਇਹ ਗੁੱਡ ਸਾਈਨ ਹੈ ਬਹੁਤ ਗੁੱਡ ਕੀ ਕਹਿੰਦੇ ਹੈ ਅਸੀਂ ਥੋੜ੍ਹਾ ਜਿਹਾ ਸਮੈਲ ਸਟੋਰ ਕਰਦੇ ਹਾਂ ਕਿ ਬਾਹਰ ਜਾਈਏ ਤਾਂ ਸਾਰੇ ਕਹਿੰਦੇ ਸਮੈਲ ਆ ਰਹੀ ਹੈ ਬਾਹਰ ਜਾ ਕੇ ਐਕਚੁਅਲੀ ਤੜਕੇ ਦੀ ਸਮੈਲ ਥੋੜ੍ਹੀ ਜਿਹੀ ਸਟਿੰਕੀ ਹੋ ਜਾਂਦੀ ਹੈ ਬਟ ਆਈ ਥਿੰਕ ਜਦੋਂ ਤੁਸੀਂ ਕਿਚਨ 'ਚ ਕੁੱਕ ਕਰ ਰਹੇ ਹੋ ਨਾ ਮੈਨੂੰ ਤਾਂ ਬਹੁਤ ਵਧੀਆ ਲੱਗਦੀ ਹੈ ਜਦੋਂ ਤੜਕੇ ਦੀ ਸਮੈਲ ਆਉਂਦੀ ਹੈ ਮੈਂ ਤਾਂ ਬਸ ਜੀਰੋ ਜੀ ਕਹਿੰਦਾ ਬਸ ਤੂੰ ਹੀ ਜਾਵਾ ਸਪੈਸ਼ਲੀ ਜਦੋਂ ਅਦਰਕ ਐਂਡ ਲਸਣ ਦੀ ਉਹ ਸਮੈਲ ਜਾਂਦੀ ਹੈ ਤੜਕੇ 'ਚ ਟੂ ਗੁੱਡ ਤਾਂ ਹੁਣ ਆ ਸਾਡਾ ਰੈਡੀ ਹੋ ਗਿਆ ਰਾਈਟ ਹੁਣ ਕੀ ਕਹਿੰਦੇ ਆ ਇਹ ਸਟੇ ਕਰੇਗਾ ਘੰਟਾ ਓਕੇ ਅਤੇ ਆਪਾਂ ਇੰਨੇ ਵਿੱਚ ਮੇਹਰ ਦੀ ਸਟੋਰੀ ਸੁਣ ਲੈਂਦੇ ਹਾਂ ਜੀ ਬਿਲਕੁਲ ਬਿਲਕੁਲ ਉਹ ਵਿਚਾਰੀ ਵੇਟ ਕਰ ਰਹੀ ਹੈ ਹਾਂਜੀ ਬਿਲਕੁਲ ਸੋ ਹੁਣ ਸਾਨੂੰ ਬੱਚਾ ਪਾਰਟੀ ਨੇ ਜੁਆਇਨ ਕਰ ਲਿਆ ਸੋ ਪਹਿਲਾਂ ਮੈਂ ਬੱਚਾ ਪਾਰਟੀ ਨੂੰ ਇੰਟਰੋਡਿਊਸ ਕਰਨਾ ਚਾਹਾਂਗੀ ਉਹਨੇ ਸਾਡੇ ਤਕਦੀਰ ਜੀ ਐਂਡ ਉਹਨਾਂ ਦੇ ਨਾਲ ਨੇ ਉਹਨਾਂ ਦੇ ਛੋਟੇ ਬ੍ਰਦਰ ਸਫਲ ਜੀ ਐਂਡ ਦਿਸ ਇਜ਼ ਮਹਿਰ ਜੋ ਕਿ ਮਨੀਸ਼ਾ ਜੀ ਉਹਨਾਂ ਦੀ ਡਾਟਰ ਨੇ ਐਂਡ ਦਿਸ ਇਜ਼ ਨੂਰ ਜੋ ਕਿ ਮਨੀਸ਼ਾ ਜੀ ਉਹਨਾਂ ਦੀ ਫਰੈਂਡਸ ਦੀ ਇੱਕ ਡਾਟਰ ਨੇ ਸੋ ਪਹਿਲਾਂ ਤਾਂ ਮੈਂ ਪੁੱਛਣਾ ਚਾਹਾਂਗੀ ਨੂਰ ਮਹਿਰ ਜੀ ਸੋਰੀ ਨਾਮ ਇੰਨੀ ਬੱਚੇ ਪਾਰਟੀ ਹੈਗੀ ਸੋ ਨਾਮ ਕਨਫਿਊਜ਼ ਹੋ ਗਏ ਸੋ ਮਹਿਰ ਜੀ ਆਈ ਰੈਡ ਇਨ ਦ ਇੰਟਰਵਿਊ ਦੈਟ ਯੂ ਰਾਈਟ ਯੂ ਲਾਈਕ ਰਾਈਡਿੰਗ ਯਾ ਓਕੇ ਸੋ ਯੂ ਆਰ ਜਸਟ 9 ਇਅਰਸ ਓਲਡ ਐਂਡ ਯੂ ਲਾਈਕ ਰਾਈਡਿੰਗ ਯਾ ਐਂਡ ਆਈ ਆਲਸੋ ਲਾਈਕ ਟੂ ਡੂ ਆਰਟ ਓ ਯੂ ਲਾਈਕ ਟੂ ਡੂ ਆਰਟ ਦੈਟਸ ਰੀਲੀ ਨਾਈਸ ਸੋ ਆਈ ਨੋ ਦੈਟ ਯੂ ਹੈਵ ਸਮਥਿੰਗ ਰਿਟਨ ਫਾਰ ਅਸ ਟੂਡੇ ਐਂਡ ਵੁੱਡ ਯੂ ਵਾਂਟ ਟੂ ਸ਼ੇਅਰ ਇਟ ਵਿਦ ਅਸ So first tell us what is it? What have you written for us? It's a story and the title is Be Careful When You Cook. Be Careful When You Cook. Okay, so story bhi food de regarding hi hai. Very, very interesting. So, eh, tusi kadon likhi story? Yesterday, me and my mom did a draft and then today my brother typed it in. Oh, so ek din de vich hi story likh li? Yeah. You're very talented. I must say, for your age, you're very talented. Okay, so please, on to you. So, please, story share, karo. Once in India, there lived a family who loved to cook. There was one woman named Priya in the family who loved cooking the most. All her family, friends, and relatives loved her food. There was a special event called Diwali Superstar. All her relatives wanted Priya to participate in that event, but Priya said, I'm too busy. I've been too busy cleaning and going to people's houses making deliveries, so I'm sorry. But then the relatives and her family kept asking and asking. Then one relative said, I know, you can hire a person to help you. Priya thought it was a good idea. So the next morning, she looked at all the numbers in her notebook and finally called a woman who was a little bit younger than her. The phone rang and the woman answered, Of course I have free time. Do you have experience of cooking? Asked Priya. Of course, answered the lady. The next morning, she went to the kitchen and looked at Priya's list, but there was no list. Nothing was ready. Priya woke up and quickly took a shower and put on her clothes. Then she heard noises and went to the kitchen. Hello, Miss Priya. I'm Miss Shikha. Do you remember I talked to you on the phone? Yes, I remember, she said. Let's get to work. I have a list of things I have to work on. Priya made the roti dough as fluffy and as soft as a bunny. She told Shekha to get the dough and put it in the roti dough. Shekha added the sparkly white powder into the dough. Then Priya kneaded the dough and made some best ever parathas. Next recipe on our list is Basanti Barfi. So Priya added some butter in a pan. She added all the ingredients until it was as smooth as toothpaste. Finally, Shekha to get the sugar. So Shekha added sparkly white powder. Then, when they were done, the recipes, they packed their things, left their house, and went all the way to the mandir where the Diwali Superstar food competition was. They were so ready for the competition. There were three judges who looked fancy and strict. They had their pens and paper ready. There were 10 people competing. Everyone put their plate in front of the judges. When it was Priya's turn, she looked nervous. But Shekha cheered her up. The judges ate her food
and made faces with their lips pointing sideways. Then the computers had to go away for a while because the judges had to make a decision. They called to the computers back on stage. We have had wonderful food from you today, but only one will be taking home the golden trophy and the privilege to open their own restaurant. They finally looked at the paper and announced the winner. The winner of the Diwali Superstar is Riya and Shekha. You two have been amazing. You put sugar inside your prawns to make beautiful flavors for your Bisindi Barfi. You put salt to make an outstanding flavor. Riya then whispered to herself, I never put any unusual things in my recipe. But Shekha winked and their eyes met each other, followed by a big laugh. The girls standing nearby were jealous and said, We will never go to your restaurant. But then they whispered to themselves, But I really want to taste their food. From that day on, Riya and Shekha happily worked together in their restaurant. Most of all, they were always be careful when they cooked. So what do you have to say? What do you think moral of the story is? You should be careful when you cook. If someone's at your house and they want to cook, you should tell them where things are. Yeah, she put salt instead of sugar and sugar instead of salt in two recipes. Yeah. But it went out well. And I must say, Besundi Burfi, my favorite mithai. Me too. Yeah, so our favorite food, Besundi Burfi. Next time, we'll eat Besundi Burfi both. When we make karai, mummy will say, Besundi Burfi, make it for us. So, thank you so much for sharing that story. It was really lovely. And ek din de vich taiyar karna, it's a really big thing. And it seemed like you're like a professional writer. And now vadhiya write kar deo. Hopefully, tusi future vadde writer bano. And yeah, thank you so much. ਬੈਸਟ ਬਾਏ ਫਰਨੀਚਰ 'ਤੇ ਅਸੀਂ ਕੁਝ ਅਨੋਖਾ ਸੋਚਦੇ ਹਾਂ ਅਤੇ ਵੱਖਰਾ ਬਣਾਉਂਦੇ ਹਾਂ ਤੁਹਾਡੇ ਸੁਪਨਿਆਂ ਦੇ ਮਹਿਲ ਲਈ ਫਰਨੀਚਰ ਦੀ ਇੱਕ ਅਜਿਹੀ ਕਲੈਕਸ਼ਨ ਜੋ ਤੁਹਾਨੂੰ ਕਿਤੇ ਹੋਰ ਨਹੀਂ ਮਿਲੇਗੀ ਸ਼ਾਨਦਾਰ ਮਜ਼ਬੂਤ ਅਤੇ ਆਰਾਮਦਾਇਕ ਫਰਨੀਚਰ ਜ਼ਿੰਦਗੀ ਦੇ ਆਰਾਮਦਾਇਕ ਪਲਾਂ ਲਈ ਬੈਸਟ ਬਾਏ ਫਰਨੀਚਰ ਦ ਪਰਫੈਕਟ ਹੋਮ ਮੇਕਰ ਫਾਈਨੈਂਸ ਅਵੇਲੇਬਲ ਫਾਰ 6 ਮੰਥਸ ਵਿਦ 0% ਇੰਟਰਸਟ ਕਾਲ 4032506661 403-250-6661 ਜਦ ਤੱਕ ਅਸੀਂ ਆਪਣਾ ਅਮੀਰ ਪਨੀਰ ਮੈਰੀਨੇਸ਼ਨ ਲਈ ਰੱਖਿਆ ਹੋਇਆ ਸਾਨੂੰ ਜੁਆਇਨ ਕੀਤਾ ਹੈ ਮਨੀਸ਼ਾ ਜੀ ਦੇ ਵੱਡੇ ਲੜਕੇ ਨੇ ਹੂਜ਼ 18 ਐਂਡ ਇਹ ਬੈਂਡ ਪਲੇ ਕਰਦੇ ਨੇ ਸੋ ਮੈਨੂੰ ਆਪਣੇ ਬਾਰੇ ਪਹਿਲਾਂ ਥੋੜ੍ਹਾ ਦੱਸੋ ਐਂਡ ਬੈਂਡ ਵਿੱਚ ਕਿੱਦਾਂ ਗਏ ਐਂਡ ਵਟ ਡੂ ਯੂ ਡੂ ਐਂਡ ਵਟਸ ਯੂਰ ਇੰਸਟਰੂਮੈਂਟ ਦੈਟ ਯੂ ਪਲੇ ਸੋ Music like around 5 years say. Okay. And I've been singing, play guitar play guitar. Okay, guitar play guitar. And but in the band I mostly sing, so I do lead vocals there. And yeah, I just love music. मेरे को रिकॉर्डिंग का भी काफी शौक है एक एल्बम मैं अपने बैंड के साथ रिलीज कर रहा हूँ नेक्स्ट मंथ आपका बैंड भी है सो आपका एक स्पेशल बैंड है जो आप म्यूजिक करते हैं इट्स कॉल्ड अनकॉमन फिगर्स ओके अनकॉमन फिगर्स ओके और हम 3 years से बैंड है और Yeah, it's been really fun. अगले महीने हम एल्बम रिलीज कर रहे हैं इट्स टाइटल 108 पर्स सो सो आपने ये हाई स्कूल में स्टार्ट किया कि जूनियर हाई में बैंड ओके हाई स्कूल में हां जी पहले जूनियर हाई में भी बैंड में था मैं मगर वो अब खत्म हो गया या आई आल्सो टुक बैंड इन जूनियर हाई इन लाइक ग्रेड 7 लेकिन उसके बाद नहीं लिया it was the long one I forgot what it was called trombone yeah bahut hi ajeeb tarah ka tha but anyways so I would love to hear and hamari audience bhi aapka kuch you know piece sunna chahegi would you be willing to share something with us yeah for sure okay so Let's hear something. Yeah. Hum tere bin ab reh nahi sakte tere bina kya wajood तुझसे जुदा कर हो जाएंगे तो खुद से ही हो जाएंगे जुदा क्योंकि तुम ही हो
अब तुम ही हवा चैन बे मेरा दर्द बे मेरे आशिकी अब तुम ही हो तेरा मेरा रिश्ता है कैसा एक पल दूर गवारा नहीं तेरे लिए हर रोज है जीते तुझको दिया मेरा वक्त सभी कोई लम्हा मेरा ना हो तेरे बिना हर सांस पे तेरा नाम क्योंकि तुम ही हो तुम ही हो जिंदगी अब तुम ही हो चैन बे मेरा दर्द बे मेरे आशिकी अब तुम ही हो Thank you so much. You have a lovely voice and that was actually really good. So, tusi apni album bare kuch dassna chahoge ki kadon release ho rahi hai and like what's it all about? Haan ji, agle mahine release ho rahi hai. Aur mera Facebook page aap check out kar sakte ho. It's facebook.com/uncommonf and yeah, it's called titled 108 Pros. So, excited. Okay, yeah. So look forward to that. And finally, I'd like to thank you ki you played a beautiful song for us and for our audience. And all the best for your future and for your future albums and your band in general. Thank you. Thank you. So, assi hun wapas aa gaye apni Ameer Paneer di recipe wal. So, hun sada step ki hai. हाँ जी हूँ मैरीनेट करता सी आपा हाँ जी राइट तो दो घंटे टिपिकली उन्हें मैरीनेट कर सकते हैं आप बट ज़्यादा भी पाँच घंटे भी रख सकते हो तुसी जे पाँच घंटे रखने तुसी तो फ्रिज तुसी रख सकते हो ओवरनाइट भी रख सकते हो ओवरनाइट भी रख सकते हो हाँ जी फ्रिज रख दो तो ज़्यादा पानी पूरी नहीं छड़ता हो बट वन आवर शुड बी मोर देन इनफ ओके ਹੁਣ ਆਈ ਥਿੰਕ ਆਪਾਂ ਇਹ ਸਾਰਾ ਕੁਝ ਕਰਦੇ ਕਰਦੇ ਇੱਕ ਘੰਟਾ ਹੋ ਗਿਆ ਸਾਨੂੰ ਹਾਂਜੀ ਤਾਂ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਰੱਖਤਾ ਸੀਗਾ ਹਾਂਜੀ ਤੇ ਇਹਦਾ ਟੈਂਪਰੇਚਰ ਐਂਡ ਟਾਈਮਿੰਗ ਸੈਟਿੰਗ ਮੇਰੀ ਕੀਤੀ ਸੀ 425 425 ਤੇ ਠੀਕ ਹੈ ਜੀ ਤਾਂ ਬਰੋਇਲ ਤੇ ਰੱਖਿਆ ਸੀ ਓਕੇ ਬਰੋਇਲ ਸੋ ਬਰੋਇਲ ਜੋ ਹੁੰਦਾ ਉਹ ਮੋਸਟਲੀ ਟੌਪ ਨੂੰ ਹੀ ਕੁੱਕ ਕਰਦਾ ਹੁੰਦਾ ਟੌਪ ਨੂੰ ਕੁੱਕ ਕਰਦਾ ਹਾਂਜੀ ਆਪਾਂ ਚਾਹੁੰਦੇ ਕਿ ਉਹ ਟੌਪ ਤੇ ਥੋੜਾ ਜਿਹਾ ਉਹਦਾ ਕਲਰ ਬਰਾਊਨਿਸ਼ ਹਾਂਜੀ ਕਲਰ ਆ ਜਾਏ ਓਕੇ ਸੋ ਇਹਨੂੰ ਕਿੰਨੀ ਦੇਰ ਰੱਖਿਆ ਸੀ ਇਹ ਅਸੀਂ ਜੀ ਜ਼ਿਆਦਾ ਨਹੀਂ ਰੱਖਣਾ ਇਹਨੂੰ 7 minutes seven minutes ਇੱਕ ਵਾਰੀ ਤੁਸੀਂ ਰੱਖ ਕੇ ਫਿਰ ਇਹਨੂੰ ਕੱਟ ਸਕਦੇ ਹੋ ਤਾਂ ਥੋੜਾ ਜਿਹਾ ਸ਼ਫਲ ਉਹਨੂੰ ਕਰਕੇ ਤਾਂ ਦੁਬਾਰਾ 2 minutes ਦੁਬਾਰਾ ਰੱਖ ਸਕਦੇ ਤਾਂ ਕਿ ਸਾਰੀ ਆਈ ਮੀਨ ਪਨੀਰ ਜਿਹੜਾ ਹੈ ਉਹ ਸਾਰੇ corners to ho jaye roast haan ji and hun main kar dendi hu bilkul oh my goodness it's sizzling oh, yeah. sizzling yeah. sound aa rahi hai and dekhne ch bhi bahut hi appealing lag raha hai haan ji okay so hun assi enu garnish karange jo ki garnish karange enu sab to pehle enu is pa lende ha okay pehla enu serving bowl ch transfer kar liye kar diye enu ਅੱਜ ਪਹੁੰਚ ਗਏ ਹਾਂ ਟਸਕਨੀ ਏਰੀਆ ਦੇ ਵਿੱਚ ਅਸੀਂ ਪਹੁੰਚ ਗਏ ਹਾਂ ਅੱਜ ਵੈਂਟਵਰਥ ਸਾਊਥ ਵੈਸਟ ਏਰੀਆ ਦੇ ਵਿੱਚ ਅੱਜ ਅਸੀਂ ਪਹੁੰਚ ਚੁੱਕੇ ਹਾਂ ਕੋਰਲ ਸਪ੍ਰਿੰਗਸ ਜੋ ਕਿ ਪੈ ਜਾਂਦਾ ਹੈ ਕੈਲਗਰੀ ਦੇ ਨਾਰਥ ਈਸਟ ਏਰੀਆ ਦੇ ਵਿੱਚ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਜੈਸਮਿਨ ਪਰਮਾਰ ਲੈ ਕੇ ਆ ਰਹੀ ਹਾਂ ਚੱਕ ਦੇ ਚੁੱਲ੍ਹਾ ਜੇ ਤੁਸੀਂ ਇਸ ਪ੍ਰੋਗਰਾਮ ਚੱਕ ਦੇ ਚੁੱਲ੍ਹਾ ਵਿੱਚ ਹਿੱਸਾ ਲੈਣਾ ਚਾਹੁੰਦੇ ਹੋ ਸਾਨੂੰ ਸੰਪਰਕ ਕਰੋ ਅਸੀਂ ਆਵਾਂਗੇ ਤੁਹਾਡੇ ਘਰੇ ਤੁਹਾਡੀ ਰੈਸਿਪੀ ਸ਼ੂਟ ਕਰਨ ਫਿਰ ਦੇਰ ਕਿਸ ਗੱਲ ਦੀ ਫੋਨ ਚੁੱਕੋ ਤੇ ਸਾਨੂੰ ਕਾਲ ਕਰੋ ਸੋ ਇਹ ਕਿੰਨੇ ਕੁ ਬੰਦਿਆਂ ਲਈ ਐਫੀਸ਼ੀਐਂਟ ਹੋਊਗਾ ਪੋਰਸ਼ਨ ਆ ਜੈਸਮਿਨ ਜੀ ਡਿਪੈਂਡਸ ਤੁਸੀਂ ਐਜ਼ ਐਨ ਐਪੇਟਾਈਜ਼ਰ ਖਾਣਾ ਕਿ ਐਜ਼ ਲੰਚ ਖਾਣਾ ਕਿ ਡਿਨਰ ਖਾਣਾ ਯਾ ਬਟ ਆਈ ਮੀਨ ਐਜ਼ ਐਨ ਐਪੇਟਾਈਜ਼ਰ ਇਟਸ ਗੁੱਡ ਫॉर ਲਾਈਕ 6 people ਸੋ 6 ਟੂ 7 ਪੀਪਲ ਸੋ ਇੰਨਾ ਹੀ ਅੱਖਾਂ ਨੂੰ ਮਿਲ ਲੈਣਾ ਚਾਹੀਦਾ ਜਿੰਨਾ ਪੋਰਸ਼ਨ ਹੈ 6 ਪੀਪਲ ਲਈ ਹਾਂ ਜੀ ਜੈਸਮਿਨ ਜੀ ਮੈਨੂੰ ਲੱਗਦਾ ਤੁਸੀਂ ਮੇਰੇ ਤਾਂ ਦੇਖ ਕੇ ਮੂੰਹ ਚ ਪਾਣੀ ਆ ਰਿਹਾ ਤੁਸੀਂ ਜਲਦੀ ਜਲਦੀ ਇਹਨੂੰ ਗਾਰਨਿਸ਼ ਕਰੋ ਤੇ ਸਾਰਾ ਮੈਨੂੰ ਦੇ ਹੀ ਦਿਓ ਬਸ ਤੁਹਾਡੀ ਗਰਾਉਲਿੰਗ ਵੌਇਸਸ ਤਾਂ ਮੀਡੀਆ ਮੈਨੂੰ ਸੁਣਾ ਰਹੀ ਦੇ ਰਹੀ ਹੈ ਓ ਇਹ ਵੀ ਉਸ ਨੂੰ ਦੱਸ ਰਹੀ ਹੈ ਜਸਟ ਓਕੇ ਯਾ ਵੈਸੇ ਤਾਂ ਮੇਰਾ ਟਮੀ ਗਰਾਉਲ ਨਹੀਂ ਕਰ ਰਿਹਾ ਕਿਉਂਕਿ ਅਸੀਂ ਪਹਿਲਾਂ ਮਸ਼ਰੂਮ ਐਕਸਪ੍ਰੈਸ ਖਾ ਲਿਆ ਸੀ ਐਂਡ ਦੈਨ ਤੁਸੀਂ ਚਾਹ ਦੇ 2 cups ਪਵਾਤੇ ਸੋ ਉਹਦੇ ਨਾਲ ਥੋੜਾ ਰਿਲੈਕਸ ਚੁਸਤੀ ਹੈ ਪਰ ਓਕੇ ਸੋ ਹੁਣ ਆਪਾਂ ਇਹਨੂੰ ਗਾਰਨਿਸ਼ ਕਰਾਂਗੇ ਸੋ ਬੀਟਰੂਟ ਰੂਟਸ
ਥੋੜਾ ਕਲਰ ਆ ਜਾਏਗਾ ਹਾਂਜੀ ਬਿਲਕੁਲ ਕਿਉਂਕਿ ਬੀਟਰੂਟ ਤਾਂ ਵੈਸੇ ਹੀ ਰੈੱਡ ਹਾਂਜੀ ਬਹੁਤ ਤੇ ਜਿੰਜਰ ਦਾ ਕੀ ਕਹਿੰਦੇ ਵੈਸੇ ਹੀ ਕੱਚਾ ਸਵਾਦ ਬਹੁਤ ਅੱਛਾ ਲੱਗਦਾ ਇਹਦੇ ਨਾਲ ਬਿਲਕੁਲ ਯਾ ਤੇ ਜਦ ਦੇਖ ਓਕੇ ਸੋ ਜਿੰਜਰ ਐਂਡ ਦੈਨ ਆਫ ਕੋਰਸ ਸਾਡਾ ਧਨੀਆ ਜੋ ਕਿ ਅਸੀਂ ਕਦੀ ਭੁੱਲ ਨਹੀਂ ਸਕਦੇ ਯੂ ਆਰ ਰਾਈਟ ਹੇਅਰ ਵੀ ਗੋ ਓਕੇ ਤਿਆਰ ਹੋ ਗਿਆ ਅਮੀਰ ਪਨੀਰ ਵਾਕਈ ਇਹ ਬਹੁਤ ਅਮੀਰ ਹੈ ਹਾਂਜੀ ਬਿਲਕੁਲ ਇਟਸ ਪੁਸ਼ਡ ਵੈਰੀ ਵੈਰੀ ਰਿਚ ਸੋ ਹੁਣ ਇਹਨੂੰ ਟੇਸਟ ਕਰ ਲਿਆ ਜਾਵੇ ਕੀਤਾ ਜਾਵੇ ਜੀ ਬਿਲਕੁਲ ਜੀ ਐਂਡ ਤੁਸੀਂ ਮੇਰੇ ਨਾਲ ਟੇਸਟ ਕਰਨਾ ਕਿੱਥੇ ਟੇਸਟ ਕਰਨਾ ਹਾਂਜੀ ਬਿਲਕੁਲ ਕਿਉਂਕਿ ਸ਼ੈਫ ਨੂੰ ਵੀ ਟੇਸਟ ਕਰਨਾ ਚਾਹੀਦਾ ਇਹਨੂੰ ਮੈਂ ਫੜ ਲੈਂਦੀ ਹਾਂ ਠੀਕ ਹੈ ਜੀ ਗਰਮ ਪਾਣੀ ਚਲੋ ਨਮਕ ਬਿਲਕੁਲ ਨਹੀਂ ਦੇਖਿਆ ਸੀਗਾ ਪਹਿਲੇ ਤਾਂ ਹੁਣ ਇਕੱਠੇ ਦੇਖਦੇ ਹਾਂ ਨਮਕ ਕੋਈ ਨਹੀਂ ਇਕੱਠੇ ਦੇਖਦੇ ਹਾਂ ਆਫਕੋਰਸ ਮੈਂ ਛੋਟਾ ਜਿਹਾ ਪੀਸ ਲਵਾਂਗੀ ਪਨੀਰ ਦੇ ਐਡੇ ਵੱਡੇ ਵੱਡੇ ਪੀਸ ਨੇ ਟੀਵੀ ਤੇ ਖਾਂਦੇ ਚੰਗੇ ਨਹੀਂ ਲੱਗਾਂਗੇ ਭਾਵੇਂ ਤੁਸੀਂ ਬਿਨਾ ਕੈਮਰੇ ਦੇ ਭਾਵੇਂ ਇੱਦਾਂ ਹੀ ਖਾ ਲਓ ਉਦੋਂ ਕੌਣ ਦੇਖਦਾ ਬਟ ਓਕੇ ਇਹ ਪਨੀਰ ਟੁੱਟਣ ਦਾ ਨਾਮ ਨਹੀਂ ਲੈ ਰਿਹਾ ਇਸ ਲਈ ਮੈਂ ਪੂਰਾ ਹੀ ਲੈ ਲੈਂਦੀ ਹਾਂ What do you think? It's yummy. ਜਿਹੜਾ ਕ੍ਰਿਸਪੀ ਹੈ ਨਾ ਉਹ ਇੰਨਾ ਵਧੀਆ ਲੱਗ ਰਿਹਾ ਇਟਸ ਐਕਚੁਅਲੀ ਰੀਲੀ ਗੁੱਡ ਔਰ ਇੰਨੀ ਈਜ਼ੀ ਰੈਸਿਪੀ ਸੋ ਤੁਸੀਂ ਜੇ ਆਪਣੇ ਗੈਸਟ ਨੂੰ ਦੁਬਾਰਾ ਇੰਪ੍ਰੈਸ ਕਰਨਾ ਮਸ਼ਰੂਮ ਐਕਸਪ੍ਰੈਸ ਤੋਂ ਬਾਅਦ ਤੁਸੀਂ ਇਹ ਕਰ ਸਕਦੇ ਹੋ ਔਰ ਜੇ ਮੇਰੇ ਮੂੰਹ 'ਚ ਖਾਣਾ ਦਿਖ ਰਿਹਾ ਸੋਰੀ ਮੇਰਾ ਮੂੰਹ ਦੇ ਵਿੱਚ ਹੈਗਾ ਬਟ ਚਲੋ ਥੈਂਕ ਯੂ ਸੋ ਮੱਚ ਤੁਸੀਂ ਇੰਨੀ ਵਧੀਆ ਰੈਸਿਪੀ ਸ਼ੇਅਰ ਕੀਤੀਆਂ ਸੋ ਹੁਣ ਅਸੀਂ ਇਹਨੂੰ ਫਿਨਿਸ਼ ਕਰਦੇ ਹਾਂ ਜਦ ਤੱਕ ਐਂਡ ਫਿਰ ਆਉਂਦੇ ਹਾਂ ਵਾਪਸ ਸੋ ਹਾਂਜੀ ਦੋਸਤੋ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਅਸੀਂ ਹੁਣ ਲਿਵਿੰਗ ਰੂਮ 'ਚ ਵਾਪਸ ਆ ਗਏ ਹਾਂ ਕਿਉਂਕਿ ਹੁਣ ਵਿਹਲਾ ਹੋ ਗਿਆ ਹੈ ਫਿਰ ਤੋਂ ਉਹੀ ਸੈਡ ਗੁੱਡ ਬਾਏ ਕਹਿਣ ਦਾ ਬਟ ਮੈਂ ਪਹਿਲਾਂ ਤਾਂ ਥੈਂਕ ਯੂ ਕਹਿਣਾ ਚਾਹਾਂਗੀ ਤੁਹਾਡਾ ਕਿ ਤੁਸੀਂ ਇਨਵਾਈਟ ਕੀਤਾ ਐਂਡ ਇੰਨੀ ਯਮੀ ਐਂਡ ਫਾਸਟ ਰੈਸਪੀਜ਼ ਸਾਨੂੰ ਯੂ ਨੋ ਸ਼ੇਅਰ ਕੀਤੀਆਂ ਐਂਡ ਸਪੈਸ਼ਲੀ ਰੈਸਪੀਜ਼ ਨਹੀਂ ਮੈਂ ਉੱਦਾਂ ਹੀ ਬਹੁਤ ਫਨ ਕੀਤਾ ਤੁਹਾਡੇ ਇੱਥੇ ਆ ਕੇ ਕਿਉਂਕਿ ਬਹੁਤ ਹੀ ਕੰਫਰਟ ਲੈਵਲ ਸੀਗਾ ਸੋ ਥੈਂਕ ਯੂ ਸੋ ਮੱਚ ਐਂਡ ਤੁਸੀਂ ਕੀ ਕਹਿਣਾ ਚਾਹੋਗੇ ਲਾਸਟ ਵਰਡਸ ਨਹੀਂ ਨਹੀਂ ਥੈਂਕ ਯੂ ਟੂ ਯੂ ਗਾਇਸ ਪਤਾ ਕਿ ਆਈ ਮੀਨ ਇਟ ਵਾਸ ਆਲਵੇਸ ਮਾਈ ਡ੍ਰੀਮ ਕਿ ਇੱਕ ਦਿਨ ਟੀ ਵੀ ਤਾਂ ਜ਼ਰੂਰ ਆਉਣਾ ਹਾਂਜੀ ਸੋ ਯੂ ਗਾਇਸ ਹੈਵ ਮੇਡ ਮਾਈ ਡ੍ਰੀਮ ਟਰੂ ਹਾਂਜੀ ਹਾਂਜੀ ਨਹੀਂ ਉਹਦੇ ਲਈ ਥੈਂਕ ਯੂ ਇਟ ਵਾਸ ਮਾਈ ਪਲੇਜਰ ਕੁਕਿੰਗ ਇਜ਼ ਮਾਈ ਪੈਸ਼ਨ ਸੋ ਵਟ ਐਵਰ ਅਗਰ ਮੈਂ ਥੋੜ੍ਹਾ ਜਿਹਾ ਗਿਵ ਅਵੇ ਕਰ ਸਕਦੀ ਹਾਂ ਆਪਣੀ ਉਸ 'ਚੋਂ ਨੌਲੇਜ ਵਿੱਚੋਂ ਐਕਸਪਰਟੀਜ਼ 'ਚੋਂ ਸੋ ਆਈ ਐਮ ਰੀਅਲੀ ਆਈ ਮੀਨ ਹੈਪੀ ਅਬਾਊਟ ਦੈਟ ਬਿਲਕੁਲ ਐਂਡ ਇੱਕ ਹੋਰ ਵੇ ਹੈ ਜੋ ਕਿ ਸਾਡੀ ਪੂਰੀ ਚੱਕ ਦੇ ਟੀਮ ਤੁਹਾਨੂੰ ਇੱਕ ਯੂ ਨੋ ਤਰ੍ਹਾਂ ਦਾ ਥੈਂਕ ਯੂ ਕਹਿਣਾ ਚਾਹੁੰਦੀ ਹੈ ਇਹ ਹੈਗਾ ਸਾਡਾ ਵੋਇਸ ਬਾਕਸ ਸੋ ਇਹਦੇ ਨਾਲ ਤੁਸੀਂ ਚੱਕ ਦੇ ਚੈਨਲ ਦੇਖ ਸਕੋਗੇ 24 hours ਐਂਡ ਜਦੋਂ ਮਰਜ਼ੀ ਤੁਸੀਂ ਦੇਖਣਾ ਚਾਹੋ ਐਂਡ ਆਫਕੋਰਸ ਆਪਣਾ ਸ਼ੋਅ ਦੇਖ ਸਕੋਗੇ ਇਹਦੇ 'ਤੇ ਸੋ ਇਹ ਸਾਡੇ ਵੱਲੋਂ ਤੁਹਾਡੇ ਲਈ ਇੱਕ ਪਿਆਰਾ ਜਿਹਾ ਗਿਫਟ ਥੈਂਕ ਯੂ ਸੋ ਮੱਚ ਥੈਂਕ ਯੂ ਐਂਡ ਤੁਹਾਡਾ ਵੀ ਥੈਂਕ ਯੂ ਮੈਮ ਤੁਸੀਂ ਆਪਣੀ ਫਰੈਂਡ ਨੂੰ ਇਨਫਲੂਐਂਸ ਕੀਤਾ ਐਂਡ ਸਾਨੂੰ ਮੌਕਾ ਮਿਲਿਆ ਤੁਹਾਡੇ ਘਰ ਆਉਣ ਦਾ ਐਂਡ ਤੁਹਾਡੀ ਰੈਸਿਪੀ ਟੇਸਟ ਕਰਨ ਦਾ ਸੋ ਮੌਕਾ ਮਿਲ ਗਿਆ ਟੀਵੀ ਆਉਣ ਹੁਣ ਅਗਲਾ ਘਰ ਤੁਹਾਡਾ ਹੀ ਹੋਊਗਾ ਕਿਉਂਕਿ ਮੈਂ ਇੱਥੋਂ ਨੋਟਿਸ ਕਰ ਲਿਆ ਹੈ ਤੁਸੀਂ ਐਕਚੁਅਲੀ ਬਣਾਉਂਦੇ ਹੋ ਤੁਸੀਂ ਐਕਚੁਅਲੀ ਖਾਣਾ ਗੁੱਡ ਬਣਾਉਂਦੇ ਹੋ ਹੁਣ ਅਗਲੀ ਵਾਰ ਮੈਂ ਤਾਂ ਆਉਣਾ ਹੀ ਆਉਣਾ ਭਾਵੇਂ ਤੁਸੀਂ ਇਨਵਾਈਟ ਕਰੋ ਨਾ ਕਰੋ ਮੈਂ ਤਾਂ ਆ ਰਹੀ ਹਾਂ ਸਪੈਸ਼ਲੀ ਹਲਵਾ ਖਾਣ ਕਿਉਂਕਿ ਮੈਨੂੰ ਚੇਤਾ ਹੈ ਤੁਸੀਂ ਵਧੀਆ ਹਲਵਾ ਬਣਾਉਂਦੇ ਹੋ ਸੋ ਥੈਂਕ ਯੂ ਇੱਕ ਵਾਰ ਫਿਰ ਤੁਸੀਂ ਸਾਨੂੰ ਇਨਵਾਈਟ ਕੀਤਾ ਐਨੀ ਲਾਸਟ ਮੈਸੇਜ ਜੋ ਤੁਸੀਂ ਆਪਣੇ ਫੈਮਿਲੀ ਫਰੈਂਡਸ ਨੂੰ ਦੇਣਾ ਚਾਹੋਗੇ ਜੋ ਦੇਖ ਰਹੇ ਹੋਣਗੇ ਸ਼ੋਅ ਹਾਂਜੀ ਹਾਂਜੀ ਮੈਨੂੰ ਹੁਣੇ ਇੱਕਦਮ ਦਿਮਾਗ 'ਤੇ ਆਇਆ ਕਿ ਕਹਿੰਦੇ ਆ ਇੱਥੇ ਦੀ ਫਰੈਂਡਸ ਨੂੰ ਮੈਂ ਐਕਨੋਲੇਜ ਕਰ ਲਿੱਤਾ ਕਿ ਇੱਥੇ ਸਾਡੇ ਬਹੁਤ ਜ਼ਿਆਦਾ ਫਰੈਂਡਸ ਹੈ ਬਟ ਇੰਡੀਆ ਵਾਲੇ ਫਰੈਂਡਸ ਵੀ ਹਮੇਸ਼ਾ ਉਹ ਦਿਲ ਦਿਮਾਗ ਹਮੇਸ਼ਾ ਉਹ ਨਾਲ ਹੀ ਰਹਿੰਦੇ ਆ ਸੋ ਉਹ ਸਾਰੇ ਮੇਰੇ ਫਰੈਂਡਸ ਜਿਹੜੇ ਵੀ ਇੰਡੀਆ ਸੀਗੇ ਪਰਮ ਜਗਦੀਪ ਦੀਪ ਰੀਟਾ ਇੰਦਰਜੀਤ ਸਾਡੇ ਫੈਮਿਲੀ ਸਾਰੀ ਮੰਮੀ ਪਾਪਾ ਫਿਨਿਸ਼ ਆਫ ਕੋਰਸ ਸਾਨੂੰ ਫੋਨ ਕਰ ਲਿੱਤਾ ਸੀਗਾ ਆਪਾਂ ਤਾਂ ਕੀ ਕਹਿੰਦੇ ਸਾਰਿਆਂ ਨੂੰ ਆਪਾਂ ਬਹੁਤ 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 ਮਿਸ ਕਰਦੇ ਹਾਂ ਤਾਂ ਕੀ ਕਹਿੰਦੇ ਸਾਡਾ ਮੇਰਾ ਬੱਸ ਚੱਲੇ ਤਾਂ ਆਪਣੇ ਸਾਰਿਆਂ ਨੂੰ ਖਿੱਚ ਕੇ ਮੈਂ ਇੱਥੇ ਲਿਆ ਫਿਰ ਅਸੀਂ ਵੀ ਇੱਥੇ ਹੋਰ ਜਿੰਨਾ ਪਰਿਵਾਰ ਹੈਗਾ ਉਹਨੂੰ ਹੋਰ ਅੰਬਾ ਵੱਡਾ ਕਰ ਲਈਏ ਦੈਟਸ ਇਟ ਵੈਰੀ ਵੈਰੀ ਸਵੀਟ ਅਤੇ ਸੋ ਹੁਣ ਵੇਲਾ ਹੋ ਗਿਆ ਕਿ ਅੱਜ ਦੇ ਐਪੀਸੋਡ ਵਿੱਚ ਤੁਹਾਨੂੰ ਗੁੱਡ ਬਾਏ ਕਹਿਣ ਦਾ ਬਟ ਫਿਕਰ ਨਾ ਕਰੋ ਅਸੀਂ ਅਗਲੇ ਐਪੀਸੋਡ 'ਚ ਤੁਹਾਨੂੰ ਸਟ੍ਰੈਸ ਮੋਰ ਦੇ ਵਿੱਚ ਮਿਲਾਂਗੇ ਜੋ ਕਿ ਸਿਟੀ ਤੋਂ ਥੋੜ੍ਹਾ ਦੂਰ ਪੈ ਜਾਂਦਾ ਬਟ ਮੈਂ ਐਕਸਾਈਟਿਡ ਹਾਂ ਕਿਉਂਕਿ ਕੈਲਗਰੀ ਤੋਂ ਬਾਹਰ ਜਾਣ ਦਾ ਮੌਕਾ ਮਿਲੇਗਾ ਸੋ ਅਸੀਂ ਮਿਲਦੇ ਹਾਂ ਨੈਕਸਟ ਐਪੀਸੋਡ ਵਿੱਚ ਪਰ ਤੁਸੀਂ ਇਹ ਜ਼ਰੂਰ ਧਿਆਨ ਦੇ ਵਿੱਚ ਰੱਖੋ ਜੇ ਤੁਸੀਂ ਵਧੀਆ ਕੁਕਿੰਗ ਕਰਦੇ ਹੋ ਜਾਂ ਤੁਹਾਡੇ ਫੈਮਿਲੀ
ਫੈਮਿਲੀ ਦੇ ਵਿੱਚ ਰਿਸ਼ਤੇਦਾਰਾਂ ਫਰੈਂਡਸ ਵਿੱਚ ਕੋਈ ਵੀ ਵਧੀਆ ਕੁਕਿੰਗ ਕਰਦਾ ਹੈ ਤਾਂ ਸਾਨੂੰ ਜ਼ਰੂਰ ਕੰਟੈਕਟ ਕਰੋ, ਅਸੀਂ ਤੁਹਾਡੇ ਘਰ ਆ ਕੇ ਤੁਹਾਡੀ ਰੈਸਿਪੀ ਸ਼ੂਟ ਕਰਾਂਗੇ ਐਂਡ ਆਫਕੋਰਸ ਸਾਨੂੰ ਮੌਕਾ ਮਿਲੇਗਾ ਆਪਣਾ ਹੁਨਰ ਟੀ ਵੀ 'ਤੇ ਦਰਸਾਉਣ ਦਾ। ਸੋ ਦੇਰ ਕਿਸ ਗੱਲ ਦੀ, ਫੋਨ ਚੁੱਕੋ ਅਤੇ ਸਾਨੂੰ ਕੰਟੈਕਟ ਕਰੋ, ਮੈਂ ਵੇਟ ਨਹੀਂ ਕਰ ਸਕਦੀ ਤੁਹਾਡੇ ਘਰ ਤੁਹਾਡੀ ਰਸੋਈ ਵਿੱਚ ਆ ਕੇ ਤੁਹਾਡੀ ਰੈਸਿਪੀ ਸ਼ੇਅਰ ਕਰਾਂ ਐਂਡ ਤੁਹਾਨੂੰ ਥੋੜ੍ਹਾ ਜਾਣਾਂ ਐਂਡ ਆਫਕੋਰਸ ਉਹ ਬਹੁਤ ਸਾਰਾ ਫਨ ਕਰਾਂ। ਸੋ ਅਸੀਂ ਅਗਲੀ ਵਾਰ ਮਿਲਦੇ ਹਾਂ ਅਗਲੇ ਐਪੀਸੋਡ ਆਫ ਚੱਕ ਦੇ ਚੁੱਲ੍ਹਾ, ਬਟ ਤੁਸੀਂ ਸਾਨੂੰ ਫੇਸਬੁੱਕ 'ਤੇ ਲਾਈਕ ਕਰ ਸਕਦੇ ਹੋ, ਸਾਡਾ ਪੇਜ ਹੈਗਾ www.facebook.com/chakdetv ਐਂਡ ਆਲਸੋ ਤੁਸੀਂ ਸਾਡੀ ਵੈਬਸਾਈਟ ਵਿਜ਼ਿਟ ਕਰ ਸਕਦੇ ਹੋ ਜੋ ਕਿ ਹੈ www.chakde.ca। ਸੋ ਅਸੀਂ ਮਿਲਦੇ ਹਾਂ ਅਗਲੇ ਵਾਰ ਸਾਡੇ ਫੋਰਥ ਐਪੀਸੋਡ ਇਨ ਸਟ੍ਰੈਸ ਮੋਡ। ਜਦ ਤੱਕ ਦੀ ਮੈਨੂੰ ਜਾਓ ਇਜਾਜ਼ਤ, ਸੋ ਟੇਕ ਕੇਅਰ, ਬਾਏ, ਸਤਿ ਸ਼੍ਰੀ ਅਕਾਲ।